ਇੱਕ ਢੱਕਣ ਪੈਪਸੀ ਦਾ 300 ਰੁਪਏ ਦਾ, ਹਰੇਕ ਜੇਲ੍ਹ ਦਾ ਵੱਖਰਾ ਵੱਖਰਾ ਹਿਸਾਬ ਆ। ਜੇਲ੍ਹ ਦੇ ਵਿੱਚ ਵੀ ਜਰਦਾ ਬੀੜੀ ਚਿੱਟਾ। ਹਾਂ, ਇਸ ਨੰਬਰ 'ਤੇ ਤੂੰ ਘਰਦਿਆਂ ਤੋਂ, ਯਾਰ ਦੋਸਤ ਤੋਂ, ਕਿਸੇ ਤੋਂ ਵੀ ਇੰਨੇ ਪੈਸੇ ਪੇਟੀਐਮ ਗੂਗਲ ਪੇ ਕਰਵਾ ਦੇ, ਤੈਨੂੰ ਇੱਥੇ ਅੰਦਰ ਸਮਾਨ ਮਿਲ ਜਾਵੇ। ਜੇਲ੍ਹਾਂ ਦੇ ਵਿੱਚ ਇੱਦਾਂ ਸਿਸਟਮ ਆ, ਅੰਦਰ ਕੋਈ ਹੋਰ ਹਥਿਆਰ ਤਾਂ ਕੋਈ ਹੈਗੀ ਨਹੀਂ, ਹਥਿਆਰ ਬਣਦੇ ਅੰਦਰ ਚਮਚਿਆਂ ਦੇ, ਹਥਿਆਰ ਬਣਦੇ ਅੰਦਰ ਜਿਹੜੀਆਂ ਸਲਾਖਾਂ ਹੁੰਦੀਆਂ ਨੇ ਉਹ ਤੋੜ ਕੇ ਰੱਖੀਆਂ ਹੁੰਦੀਆਂ ਨੇ, ਲੁਕੋ ਕੇ ਰੱਖੀਆਂ ਹੁੰਦੀਆਂ ਨੇ। ਉੱਧਰ ਵੀ ਗਰੁੱਪਬਾਜ਼ੀਆਂ ਤਾਂ ਜੇਲ੍ਹਾਂ ਦੇ ਵਿੱਚ ਵੀ ਚੱਲਦੀਆਂ। ਜੇ ਕਿਸੇ ਕੋਲ ਕੋਈ ਹਥਿਆਰ ਨਹੀਂ ਤਾਂ ਪਰਨੇ ਦੇ ਵਿੱਚ ਵੱਟਾ ਲਪੇਟ ਕੇ ਵੀ ਚੱਲ ਜਾਂਦਾ, ਕੋਈ ਪਤਾ ਨਹੀਂ ਲੱਗਦਾ ਕਿਹੜੇ ਗਰੁੱਪ ਦਾ ਕਿਹੜਾ ਬੰਦਾ ਕਿਹੜੇ ਟਾਈਮ ਕਿਹਨੂੰ ਆ ਕੇ ਕਿੱਥੇ ਵਾਰ ਕਰ ਜਾਂਦਾ। ਅਤੇ ਬਸ ਇਹੀ ਆ, ਚਮਚੇ ਕਟਰੀ ਚੱਲਦੇ ਅੰਦਰ, ਚਮਚਿਆਂ ਨੂੰ ਇੰਨਾ ਤਿੱਖਾ ਕੀਤਾ ਹੁੰਦਾ ਅਤੇ ਉਹ ਮਤਲਬ ਜੇ ਤੁਸੀਂ ਇੱਕ ਵਾਰ ਤੁਹਾਡੇ ਫਿਰ ਗਿਆ ਮਤਲਬ ਚੱਕੂ ਨਾਲ ਵੀ ਤਿੱਖਾ ਕੀਤਾ ਹੋਇਆ ਹੁੰਦਾ। ਮੇਰੀ ਤਾਂ ਐਲੀਗੇਸ਼ਨ ਇਹ ਸੀ ਕਿ ਇਹ ਮਤਲਬ ਸੈਕਸ਼ੂਅਲੀ ਹਰਾਸ ਕਰਦਾ ਅਤੇ ਮੇਰੀ ਕੁੜੀ ਵੱਲ ਗਲਤ ਨਿਗਾਹ ਰੱਖਦਾ, ਅਤੇ ਕਦੇ ਕਹਿੰਦੇ ਹਨ ਵੀ ਮੇਰੀ ਮਾਂ ਕਹਿੰਦੀ ਹੈ ਵੀ ਜੇ ਤੁਹਾਡੇ ਬੱਚਾ ਨਹੀਂ ਹੁੰਦਾ ਤਾਂ ਤੂੰ ਮੇਰੇ ਛੋਟੇ ਬੱਚੇ ਬੇਟੇ ਨਾਲ ਫਿਜ਼ੀਕਲੀ। ਜੇ ਉਹਦਾ ਬਾਪ ਇਹੋ ਜਿਹਾ ਨਾ ਤਾਂ ਬੱਚੇ ਦੇ ਦਿਮਾਗ 'ਚ ਤਾਂ ਇਹ ਧਾਰਨਾ ਬਣ ਜਾਏਗੀ ਨਾ, ਜੇ ਮੇਰਾ ਪਿਓ ਗੰਦਾ ਤਾਂ ਸਾਰੇ ਗੰਦੇ ਨੇ। ਅਤੇ ਉਹ ਕਲੇਸ਼ ਸਾਡਾ ਅੱਗੇ ਆਇਆ ਅਤੇ ਸਾਰਾ ਟੱਬਰ ਅੰਦਰ ਜਾ ਕੇ ਆਏ। ਕੌਣ ਕੌਣ? ਮੈਂ, ਬ੍ਰਦਰ ਅਤੇ ਮੰਮੀ ਡੈਡੀ। ਤਾਂ ਮੰਮੀ ਡੈਡੀ ਕਿਤੇ ਪਿੱਛੋਂ ਆਏ ਨੇ, ਅਤੇ ਮੰਮੀ ਡੈਡੀ ਆਏ ਆ ਕੇ ਉੱਪਰ ਡੱਬਾ ਲੈ ਕੇ ਗਏ ਨੇ ਮਠਿਆਈ ਦਾ। ਦਰਵਾਜ਼ਾ ਖੜਕਾਇਆ, ਦਵਿੰਦਰ ਦਰਵਾਜ਼ਾ ਖੋਲੋ, ਨਹੀਂ ਖੋਲਿਆ ਦਵਿੰਦਰ ਨੇ। ਅਤੇ ਜਦੋਂ ਫਰੰਟ ਤੋਂ ਆ ਕੇ ਦੇਖਿਆ, ਪਰਦਾ ਸਾਈਡ ਕੀਤਾ ਅਤੇ ਦੇਖਿਆ ਲੜਕੀ ਗੋਲੀ ਜੀਭ ਦੇ ਉੱਤੇ ਜਿਹੜੀ ਪਾਉਂਦੇ ਆ ਉਹ ਥੱਲੋਂ ਕੱਢ ਲੈਂਦੇ ਆ, ਗੋਲੀ ਸੁਕਾ ਕੇ ਵੇਚ ਦਿੰਦੇ ਆ। ਅੱਛਾ, ਗਿੱਲੀ ਗੋਲੀ ਨੂੰ ਭਾਵੇਂ ਦੁੱਖ ਵੀ ਲੱਗਾ ਹੁੰਦਾ ਉਹਨੂੰ, ਉਹਨੂੰ ਕੱਢ ਲੈਂਦੇ ਆ ਅਤੇ ਕੱਢ ਕੇ ਸੁਕਾ ਕੇ ਆਪਣਾ ਗੁਜ਼ਾਰਾ ਚਲਾਈ ਜਾਂਦੇ ਆ। ਮੇਰੀ ਤਰੀਕ ਸੀਗੀ ਅਤੇ ਗੈਂਗਸਟਰ ਆ, ਏ ਕਲਾਸ ਗੈਂਗਸਟਰ ਆ, ਉਹ ਵੀ ਸੇਮ ਥੋੜ੍ਹੇ ਟਾਈਮ ਬਾਅਦ ਉੱਥੇ ਆਇਆ। ਮਤਲਬ ਇਹ ਨਾ ਬਹਿਲਾਉਣ ਫਸਲਾਉਣ ਵਾਲੀਆਂ ਗੱਲਾਂ ਹੁੰਦੀਆਂ ਨੇ, ਸਾਰਿਆਂ ਨੂੰ ਕਹਿੰਦਾ ਆਪਾਂ ਸਾਰੇ ਭਰਾ ਵਾਂ, ਆਪਾਂ ਕਿਸੇ ਦੇ ਅਧੀਨ ਨਹੀਂ ਰਹਿਣਾ, ਯੇ ਨਹੀਂ ਕਰਨਾ, ਵੋ ਨਹੀਂ ਕਰਨਾ, ਆਪਾਂ ਆਹ ਕਰ ਦੇਣਾ, ਵਾਹ ਕਰ ਦੇਣਾ। ਜਿੰਨੇ ਮੇਰੇ ਨਾਲ ਰਹਿੰਦੇ ਸਾਰੇ ਹੀ ਧਨਾੜ, ਚੰਗੇ ਸਾਰਿਆਂ ਦੇ ਕੋਲ ਘਰ ਬਾਰ ਨੇ, ਅੱਜ ਦੀ ਘੜੀ ਤਾਂ ਹਾਲੇ ਚੱਲਦੀ ਗਰੀਬੀ ਦੇਖੀ, ਕਰਨੀ ਤਰੱਕੀ ਤੇਰੇ ਯਾਰ ਨੇ, ਉਹ ਬੰਦਾ ਨਹੀਂ ਉਹ ਬੰਦਿਆਂ ਦੀ ਗਿਣਤੀ 'ਚ ਆਉਂਦਾ, ਜਿਹੜੇ ਔਖੇ ਵੇਲੇ ਮੰਨ ਲੈਂਦੇ ਹਾਰ ਨੇ, ਨੀ ਮੈਂ ਉਹ ਕੁਝ ਕੀਤਾ ਬਲੀਏ ਜੋ ਕਿਸੇ ਹੋਰ ਕਰਿਆ ਨਹੀਂ। ਸਤਿ ਸ਼੍ਰੀ ਅਕਾਲ ਜੀ, ਮੈਂ ਪਰਮਿੰਦਰ ਸਿੰਘ ਤੁਹਾਡਾ ਸਵਾਗਤ ਕਰਦਾ, ਹਰ ਵਾਰ ਦੀ ਤਰ੍ਹਾਂ ਅੱਜ ਇੱਕ ਨਵੀਂ ਮੋਟੀਵੇਸ਼ਨ ਸਟੋਰੀ ਲੈ ਕੇ ਤੁਹਾਡੇ ਨਾਲ ਹਾਜ਼ਰ ਹਾਂ। ਮੇਰੇ ਨਾਲ ਹੋਣਗੇ ਟਿੰਮੀ ਬਾਈ, ਅਤੇ ਉਹਨਾਂ ਨੂੰ ਜ਼ਿਆਦਾਤਰ ਲੋਕ ਨੇ ਜਿਹੜੇ ਉਹ ਟਿੰਮੀ ਦੇ ਨਾਮ ਨਾਲ ਜਾਣਦੇ ਨੇ, ਬਾਈ ਉਹਨਾਂ ਦਾ ਅਸਲੀ ਨਾਮ ਹੈ ਜਿਹੜਾ, ਉਹ ਪੁੱਛਾਂਗੇ ਅਤੇ ਉਹਨਾਂ ਨਾਲ ਗੱਲਬਾਤ ਕਰਾਂਗੇ। ਬਾਈ ਜੀ ਤੁਹਾਡਾ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਹੋਰ ਵੀਰੇ ਕੀ ਹਾਲ ਚਾਲ ਆ? ਵਧੀਆ ਜੀ ਵਧੀਆ। ਘਰ ਪਰਿਵਾਰ ਠੀਕ ਹੈ? ਸਭ ਠੀਕ ਠਾਕ। ਵੀਰੇ ਨਾਮ ਦੱਸੋ ਆਪਣਾ, ਤੁਹਾਡਾ ਨਾਮ ਕੀ ਹੈ? ਨਾਮ ਪਿਆਰ ਨਾਲ ਤਾਂ ਸਾਰੇ ਛੋਟੇ ਨਾਮ ਤੋਂ ਟਿੰਮੀ ਦੇ ਨਾਮ ਤੋਂ ਜਾਣਦੇ ਆ, ਔਰ ਪੂਰਾ ਨਾਮ ਆ ਸਤਿੰਦਰਪਾਲ ਸਿੰਘ ਬਾਜਵਾ। ਅੱਛਾ ਵੀਰੇ, ਕੀ ਗੱਲ ਹੋ ਗਈ ਸੀਗੀ ਜਿਹੜੀ ਤੁਹਾਨੂੰ ਜੇਲ੍ਹ ਜਾਣਾ ਪਿਆ? ਜੇਲ੍ਹ ਵੀਰੇ 2020 ਦੀ ਗੱਲ ਆ, ਅਤੇ ਭਰਾ ਦਾ ਵਿਆਹ ਕੀਤਾ ਸੀ 2019 ਦੇ ਵਿੱਚ, ਅਤੇ ਭਰਾ ਤਾਂ 2-3 ਮਹੀਨੇ ਬਾਹਰ ਲਾ ਕੇ ਮਤਲਬ ਬਾਹਰ ਚਲ ਗਿਆ,
ਉਸ ਤੋਂ ਬਾਅਦ ਭਾਬੀ ਅਤੇ ਮੈਂ, ਮੰਮੀ ਅਤੇ ਡੈਡੀ, ਅਸੀਂ ਚਾਰੇ ਜਣੇ ਘਰ ਦੇ ਵਿੱਚ ਰਹਿੰਦੇ ਸੀਗੇ ਅਤੇ ਕਲੇਸ਼ ਰਹਿੰਦਾ ਸੀ ਭਾਜੀ, ਕਲੇਸ਼ ਇੱਦਾਂ ਸੀ, ਮਾਇੰਡ ਡਿਪਰੈਸ ਸੀ ਭਾਬੀ ਦਾ। ਕਿਹੜੀ ਗੱਲ? ਉਹ ਪਿੱਛੋਂ ਹੀ ਚੱਲਦਾ, ਪਹਿਲਾਂ ਵੀ ਸਿਚੁਏਸ਼ਨ ਉਹਨਾਂ ਦੀ ਐਂ ਸੀ, ਉਹਦਾ ਬ੍ਰਦਰ ਵੀ ਅਤੇ ਮਾਤਾ ਦੀ ਵੀ ਡੈਥ ਹੋ ਗਈ ਸੀ, ਅਤੇ ਉਹ ਦੋ ਭੈਣਾਂ ਹੀ ਸਨ ਅਤੇ ਇੱਕ ਡੈਡੀ ਸੀ ਉਹਨਾਂ ਦਾ, ਅਤੇ ਉਹ ਜਿਹੜਾ ਉਹਨਾਂ ਦਾ ਡਿਪਰੈਸ਼ਨ ਸੀ ਉਹ ਸਾਡੇ 'ਤੇ ਨਿਕਲ ਗਿਆ, ਅਤੇ ਭਰਾ ਵੀ ਬਾਅਦ 'ਚੋਂ ਥੋੜ੍ਹੇ ਟਾਈਮ ਬਾਅਦ ਬਾਹਰੋਂ ਵਾਪਸ ਆਇਆ ਅਤੇ ਫਿਰ ਉਹੀ ਕੁੱਤ ਕਲੇਸ਼ ਰਹਿਣ ਲੱਗ ਪਿਆ। ਇੱਥੋਂ ਤੱਕ ਕੰਮ ਵੱਧ ਗਿਆ ਸੀ, ਭਰਾ ਦੇ ਪਿੱਛੇ ਬੈਠਿਆਂ ਵੀ ਹੱਥੀ ਪੈ ਜਾਂਦੀ ਹੁੰਦੀ ਸੀ, ਅਤੇ ਕੋਰਟ ਕਚਹਿਰੀਆਂ ਥਾਣਿਆਂ 'ਚ ਵੀ ਘਸੀਟਿਆ ਸਾਨੂੰ, ਅਤੇ ਪਹਿਲਾਂ ਸਦਰ ਥਾਣੇ ਤਰੀਕਾਂ ਪਈਆਂ, ਫਿਰ ਇੱਥੇ ਵੁਮੈਨ ਸੈੱਲ ਦੇ ਵਿੱਚ ਜਾਂਦੇ ਰਹੇ, ਭਰਾ ਦਾ ਪਾਸਪੋਰਟ ਹੋਰ ਡਾਕੂਮੈਂਟ ਸਾਰੇ ਲੈ ਗਏ ਸੀ, ਅਤੇ ਉੱਥੇ ਜਾ ਕੇ ਕਹਿੰਦੇ ਵੀ ਸਾਡੀ ਕੁੜੀ ਨੂੰ ਕੁੱਟਿਆ ਮਾਰਿਆ, ਅਤੇ ਮੇਰੇ 'ਤੇ ਐਲੀਗੇਸ਼ਨ ਇਹ ਸੀ ਕਿ ਇਹ ਮਤਲਬ ਸੈਕਸ਼ੁਅਲੀ ਹਰਾਸ ਕਰਦਾ ਅਤੇ ਮੇਰੀ ਕੁੜੀ ਵੱਲ ਗਲਤ ਨਿਗਾਹ ਰੱਖਦਾ, ਅਤੇ ਕਦੇ ਕਹਿੰਦੇ ਹਨ ਵੀ ਮੇਰੀ ਮਾਂ ਕਹਿੰਦੀ ਹੈ ਵੀ ਜੇ ਤੁਹਾਡੇ ਬੱਚਾ ਨਹੀਂ ਹੁੰਦਾ ਤਾਂ ਤੂੰ ਮੇਰੇ ਛੋਟੇ ਬੇਟੇ ਨਾਲ ਫਿਜ਼ੀਕਲੀ ਹੋ। ਤੁਹਾਡੀ ਭਾਬੀ? ਹਾਂਜੀ, ਅਤੇ ਮੇਰੇ 'ਤੇ ਐਲੀਗੇਸ਼ਨ ਲੱਗੇ ਹੋਏ ਸਨ, ਅਤੇ ਇਹ ਕੰਮ ਵੱਧਦਾ ਗਿਆ, ਇਹ ਤੋਂ ਵੀ ਦਿਮਾਗ ਖਰਾਬ ਰਹਿਣ ਲੱਗ ਪਿਆ, ਅਤੇ ਕਲੇਸ਼ ਤਾਂ ਵਾਹਵਾ ਟਾਈਮ ਤੋਂ ਰਹਿ ਰਿਹਾ ਸੀ। ਫਿਰ ਉੱਥੇ ਜਦੋਂ ਕਿਸੇ ਪਾਸੇ ਉਹਨਾਂ ਦਾ ਚਾਰਾ ਨਹੀਂ ਚੱਲਿਆ ਤਾਂ ਐਂਡ ਜਾ ਕੇ ਕਹਿਣ ਲੱਗ ਗਏ ਜੀ ਮੈਨੂੰ ਭੇਜ ਦਿਓ, ਮੇਰੇ ਸਹੁਰੇ ਆਪਣੇ ਡੈਡੀ ਨੂੰ ਕਹਿਣ ਲੱਗ ਪਏ ਵੀ ਮੈਨੂੰ ਮੇਰੇ ਸਹੁਰੇ ਭੇਜ ਦਿਓ, ਮੈਂ ਮਰਾਂ ਜੀਵਾਂ ਜੋ ਮਰਜ਼ੀ ਹੋ ਜੇ ਅਤੇ ਮੈਂ ਇਹਨਾਂ ਦੀ ਹਾਂ। ਮੈਂ ਘਰਦਿਆਂ ਨੂੰ ਕਿਹਾ ਵੀ ਜੇ ਤੁਸੀਂ ਇਹਨੂੰ ਲੈ ਕੇ ਗਏ ਤਾਂ ਤੁਹਾਨੂੰ ਫਸੋਗੇ, ਅਤੇ ਕਿਉਂਕਿ ਉਲਟਾ ਜੇ ਇਹ ਗੱਲਾਂ ਇਨਸਾਨ ਕਰ ਰਿਹਾ ਤਾਂ ਕਰ ਵੀ ਸਕਦਾ ਅੱਗੇ ਜਾ ਕੇ। ਘਰਦਿਆਂ ਨੇ ਨਹੀਂ ਮੰਨਿਆ, ਚਲੋ ਦੋ ਤਿੰਨ ਤਰੀਕਾਂ ਤੋਂ ਬਾਅਦ ਨਿਪਟਾਰਾ ਹੋ ਗਿਆ, ਸਮਝੌਤਾ ਕਰਕੇ ਲਿਆਉਣ ਦਾ। ਲਿਆਉਣ ਤੋਂ ਬਾਅਦ ਜੀ 2020 ਦੇ ਵਿੱਚ ਇਹ ਕੰਮ ਹੋ ਗਿਆ, 3 ਨੂੰ ਕਿ 6 ਨੂੰ ਹੋਇਆ ਸੀ, ਮੈਨੂੰ ਯਾਦ ਨਹੀਂ ਪੱਕੀ ਤਰ੍ਹਾਂ ਹੁਣ ਇਹ, ਅਤੇ ਆਹ ਕੰਮ ਹੋ ਗਿਆ। ਸਿਸਟਮ ਐਂ ਸੀ ਕਿ ਇਹ ਜਿਹੜਾ ਡੈਡੀ ਸੀਗਾ ਨਾ, ਮਤਲਬ ਥੋੜ੍ਹਾ ਗਲਤ ਟੈਪ ਬੰਦਾ ਸੀ। ਅੱਛਾ। ਅਤੇ ਉੱਪਰੋਂ ਮਤਲਬ ਕਿਸੇ ਤੀਵੀਂ ਨੂੰ ਲਈ ਫਿਰਦਾ ਸੀ, ਇਹਦੀ ਭਾਬੀ ਦੀ ਭੈਣ ਉਹ ਗਈ ਹੋਈ ਸੀ, ਪਤਾ ਨਹੀਂ ਹਿਮਾਚਲ ਗਈ ਸੀ ਕਿ ਸ਼ਾਇਦ ਕਿੱਧਰ ਗਈ ਹੋਈ ਸੀ। ਉਹਨੇ ਆਪਣੇ ਡੈਡੀ ਨੂੰ ਘਰ ਫੋਨ ਕੀਤਾ, ਫੋਨ ਕਰਨ ਤੋਂ ਬਾਅਦ ਜਦੋਂ ਪਿੱਛੇ ਕਿਸੇ ਦੀ ਆਵਾਜ਼ ਆਈ ਉਹਨੂੰ, ਉਹਨੇ ਭਾਬੀ ਨੂੰ ਫੋਨ ਕੀਤਾ, ਭਾਬੀ ਨੇ ਕਿਹਾ ਕਿ ਮੈਂ ਪੇ ਕੇ ਜਾਣਾ ਹੈ, ਮੇਰੇ ਨਾਲ ਚੱਲੋ। ਮੈਂ ਨਾਲ ਲੈ ਕੇ ਤੁਰ ਪਿਆ, ਮੈਨੂੰ ਨਹੀਂ ਸੀ ਪਤਾ ਇਸ ਗੱਲ ਦਾ ਵੀ ਕੀ ਗੱਲ ਚੱਲ ਰਹੀ ਆ। ਜਾ ਕੇ ਗੇਟ ਖੜਕਾਇਆ, ਅੱਧਾ ਘੰਟਾ ਦਾ ਦਰਵਾਜ਼ਾ ਨਹੀਂ ਖੁੱਲ੍ਹਿਆ ਹੈਗਾ, ਅਤੇ ਦਰਵਾਜ਼ਾ ਨਹੀਂ ਖੁੱਲ੍ਹਿਆ ਜੀ, ਗੇਟ ਖੜਕਾਈ ਜੇ ਹਾਰ ਕੇ ਜਦੋਂ ਦਰਵਾਜ਼ਾ ਖੁੱਲ੍ਹਿਆ ਤਾਂ ਮੇਰੇ ਕੋਲ ਜਿਹੜਾ ਸਮਾਨ ਸੀ ਉਹ ਮੈਂ ਜਿੱਥੇ ਉਸ ਲੇਡੀਜ਼ ਨੂੰ ਬਿਠਾਇਆ ਹੋਇਆ ਸੀ ਵੀ ਚੋਰੀ ਵੀ ਪਤਾ ਨਾ ਲੱਗੇ, ਬਸ ਅਚਾਨਕ ਹੀ ਲਾ ਲਓ ਮੈਂ ਸਿੱਧਾ ਤੋਰੀ ਉੱਥੇ ਗਿਆ, ਮੈਂ ਸਮਾਨ ਉੱਥੇ ਰੱਖਿਆ, ਅਤੇ ਉਹ ਲੇਡੀਜ਼ ਕਹਿੰਦੀ ਆ ਗਏ ਤੁਸੀਂ, ਮੈਂ ਤਾਂ ਧਿਆਨ ਵੀ ਨਹੀਂ ਸੀ ਆ ਗਿਆ ਕੋਈ ਬੈਠਾ ਇੱਥੇ, ਅਤੇ ਕਹਿੰਦੇ ਆ ਗਏ ਤੁਸੀਂ, ਮੈਂ ਹਾਂਜੀ ਆ ਗਏ, ਅਤੇ ਉਸ ਚੀਜ਼ ਦਾ ਪਤਾ ਲੱਗਦਾ ਵੀ ਕੁੜੀ ਨੂੰ ਆਪਣੇ ਪਿਓ ਦੀ ਕਿੰਨੀ ਕੁ ਟੈਨਸ਼ਨ ਹੈ ਸੀ ਵੀ ਜੋ ਕੁਛ ਇਹ ਕਰਦਾ ਪਿਆ ਸੀ। ਅਤੇ ਤੁਸੀਂ ਇਹ ਹਿਸਾਬ ਲਾਓ ਵੀ ਜੇ ਹੁਣ ਇੱਕ ਘਰ ਦੇ ਵਿੱਚ ਇੱਕ ਬਾਪ ਆਪਣੀ ਕੁੜੀ ਦੇ ਸਾਹਮਣੇ ਆ ਕੁਛ ਕਰ ਰਿਹਾ ਹੈ, ਜਾਂ ਜਿਹੜੇ ਬੱਚੇ ਨੂੰ ਆਪਣੇ ਬਾਪ ਦੀਆਂ ਹਰਕਤਾਂ ਦਾ ਪਤਾ ਹੈ, ਅਤੇ ਜੇ ਉਹਦਾ ਬਾਪ ਇਹੋ ਜਿਹਾ ਨਾ ਤਾਂ ਬੱਚੇ ਦੇ ਦਿਮਾਗ 'ਚ ਤਾਂ ਇਹ ਧਾਰਨਾ ਬਣ ਜਾਏਗੀ ਨਾ, ਜੇ ਮੇਰਾ ਪਿਓ ਗੰਦਾ ਤਾਂ ਸਾਰੇ ਗੰਦੇ ਨੇ, ਇਹੀ ਚੀਜ਼ ਸਾਨੂੰ ਲੈ ਕੇ ਬਹਿ ਗਈ। ਅੱਛਾ। ਉਹ ਸ਼ੱਕ ਹੁੰਦਾ ਬਾਪ ਤੋਂ ਚੁੜਿਆ ਸੀ, ਭਾਈ 'ਤੇ ਆਇਆ, ਭਾਈ 'ਤੇ ਬਹੁਤ ਜ਼ਿਆਦਾ ਮਤਲਬ ਸ਼ੱਕ ਹੋਣ ਲੱਗ ਗਿਆ, ਨਿੱਕੀ ਨਿੱਕੀ ਗੱਲ ਤੋਂ ਫੋਨ ਚੈੱਕ ਹੁੰਦਾ ਸੀ, ਕਦੇ ਕੁਛ ਹੁੰਦਾ ਸੀ, ਅਤੇ ਰੋਜ਼ਮਰਾ ਦਾ ਕਲੇਸ਼ ਸੀ ਜੀ। ਅਤੇ ਉਹ ਕਲੇਸ਼ ਸਾਡਾ ਅੱਗੇ ਆਇਆ ਅਤੇ ਸਾਰਾ ਟੱਬਰ
ਅੰਦਰ ਜਾ ਕੇ ਆਏ ਹਾਂ ਜੀ। ਕੌਣ ਕੌਣ? ਮੈਂ, ਬ੍ਰਦਰ ਅਤੇ ਮੰਮੀ ਡੈਡੀ। ਨਹੀਂ, ਕੀ ਹੋਏ, ਕੀ ਗਿਆ ਸੀਗਾ ਵੀ, ਮਤਲਬ ਉਹ ਕਲੇਸ਼ ਸੀਗਾ ਜਿਹੜਾ, ਹੈ ਨਾ, ਉਸ ਤੋਂ ਬਾਅਦ ਕਿਵੇਂ ਜੇਲ੍ਹ ਦਾ ਕਿਵੇਂ ਤੁਸੀਂ ਜਿਹੜਾ ਉਹ ਹੈ ਮੁੱਖ ਦੇਖਿਆ, ਜੇਲ੍ਹ 'ਚ ਕਿਵੇਂ ਪਹੁੰਚੇ? ਜੇਲ੍ਹ ਦੇ ਵਿੱਚ ਜਿੱਦਣ ਡੈਥ ਹੋਈ ਹੈ, ਹੁਣ ਡਰ ਤਾਂ ਸਭ ਨੂੰ ਲੱਗਦਾ ਜੀ। ਡੈਥ ਕਿਵੇਂ ਹੋਈ ਸੀ? ਡੈਥ ਫਾਹ ਲੈ ਲਿਆ ਸੀ। ਅੱਛਾ, ਫਾਹ ਲੈ ਲਿਆ ਸੀ। ਜਿਸ ਦਿਨ ਇਹ ਕੰਮ ਹੋਇਆ ਉਸ ਦਿਨ ਸਵੇਰੇ ਕਲੇਸ਼ ਹੋਇਆ ਜੀ। ਕਲੇਸ਼ ਹੋਇਆ, ਮੰਮੀ ਅਤੇ ਡੈਡੀ ਭੂਆ ਦੇ ਮੁੰਡੇ ਦਾ ਨਾ ਮੰਗਣਾ ਸੀ, ਉੱਥੇ ਗਏ ਸੀ ਪੁਲਿਸ ਲਾਈਨ, ਅਤੇ ਭਰਾ ਡੰਗਰਾਂ 'ਚ ਸੀ ਅਤੇ ਮੈਂ ਚਾਚੇ ਘਰ ਪਿੰਡ ਦੇ ਵਿੱਚ ਹੀ ਆ, ਮੈਂ ਚਾਚੇ ਘਰ ਸੀਗਾ, ਉਹਨਾਂ ਨਾਲ ਕੰਮ ਕਰਵਾ ਰਿਹਾ ਸੀ। ਅਤੇ ਮੈਂ ਤਾਂ ਉਵੇਂ ਡਰ ਲੱਗਦਾ ਸੀ ਕਿਉਂਕਿ ਮੇਰੇ 'ਤੇ ਐਲੀਗੇਸ਼ਨ ਇੱਦਾਂ ਦੇ ਲੱਗੇ ਹੋਏ ਸਨ, ਅਤੇ ਮੈਂ ਡਰਦਾ ਸਗੋਂ ਨਹੀਂ ਸੀ ਘਰ ਰਹਿੰਦਾ। ਅਤੇ 3 ਵਜੇ ਦਾ ਟਾਈਮ, 3:30 ਦਾ ਮੇ ਵੀ ਮੈਨੂੰ ਪ੍ਰੋਪਰ ਯਾਦ ਨਹੀਂ ਹੈਗਾ, ਮੈਂ ਘਰ ਗਿਆ। ਘਰ ਜਾ ਕੇ ਮੈਂ ਨਾ ਰੋਟੀ ਖਾਣ ਗਿਆ, ਰੋਟੀ ਖਾਂਦੇ ਜਦੋਂ ਮੈਂ ਖਾਣ ਲੱਗਾ ਤਾਂ ਰੋਟੀਆਂ ਨਹੀਂ ਸਨ, ਘੱਟ ਸਨ, ਅਤੇ ਮੈਂ ਮੰਮੀ ਨੂੰ ਫੋਨ ਕੀਤਾ। ਮੰਮੀ ਨੂੰ ਫੋਨ ਕੀਤਾ ਜੀ ਵੀ ਰੋਟੀਆਂ ਨਹੀਂ ਹੈਗੀਆਂ। ਉਹ ਉੱਪਰ ਕਿਤੇ ਬੈਠੀ ਸੁਣਦੀ ਵੀ ਪਈ ਸੀ ਭਾਬੀ, ਉਹਨੇ ਰੋਟੀਆਂ ਰੱਖ ਕੇ ਗਈ ਨੀਚੇ। ਚਲੋ ਮੈਂ ਰੋਟੀਆਂ ਖਾਧੀਆਂ, ਮੈਂ ਫਿਰ ਚਾਚੇ ਘਰ ਤੁਰ ਗਿਆ। ਅਤੇ ਜਦੋਂ ਗਿਆ ਵਾਂ ਤਾਂ ਮੰਮੀ ਡੈਡੀ ਕਿਤੇ ਪਿੱਛੋਂ ਆਏ ਨੇ, ਅਤੇ ਮੰਮੀ ਡੈਡੀ ਆਏ, ਆ ਕੇ ਉੱਪਰ ਡੱਬਾ ਲੈ ਕੇ ਗਏ ਨੇ ਮਠਿਆਈ ਦਾ। ਦਰਵਾਜ਼ਾ ਖੜਕਾਇਆ, ਦਵਿੰਦਰ ਦਰਵਾਜ਼ਾ ਖੋਲੋ, ਨਹੀਂ ਖੋਲਿਆ ਦਵਿੰਦਰ ਨੇ। ਅਤੇ ਜਦੋਂ ਫਰੰਟ ਤੋਂ ਆ ਕੇ ਦੇਖਿਆ, ਪਰਦਾ ਸਾਈਡ ਕੀਤਾ ਅਤੇ ਦੇਖਿਆ ਲਟਕ ਰਹੀ ਸੀ। ਅੱਛਾ ਜੀ, ਹਾਂਜੀ। ਅਤੇ ਵੀਰੇ ਫਿਰ ਜਦੋਂ ਤੁਸੀਂ ਜੇਲ੍ਹ ਚਲੇ ਜਾਂਦੇ ਹੋ, ਹੈ ਨਾ, ਤੁਹਾਡੇ ਉੱਤੇ ਐਲੀਗੇਸ਼ਨ ਲੱਗ ਜਾਂਦੇ ਨੇ, ਹੈ ਨਾ, ਉਸ ਤੋਂ ਬਾਅਦ ਜੇਲ੍ਹ ਦੇ ਵਿੱਚ ਜਿਹੜਾ ਤੁਹਾਡਾ ਜੀਵਨ ਸੀ, ਆਪਾਂ ਔਫ ਦਾ ਕੈਮਰਾ ਗੱਲ ਕਰ ਰਹੇ ਸੀਗੇ, ਤੁਸੀਂ ਕਿਹਾ ਵੀ ਮੈਂ ਉੱਥੇ ਵੀ ਇੰਨਾ ਜ਼ਿਆਦਾ ਉਹ ਹੋ ਗਿਆ, ਡਿਪਰੈਸ਼ਨ 'ਚ ਚਲਿਆ ਗਿਆ, ਹੈ ਨਾ, ਨਸ਼ੇ ਕਰਨ ਚਲੇ ਲੱਗ ਗਏ ਤੁਸੀਂ। ਜੇਲ੍ਹ ਦੇ ਵਿੱਚ ਨਸ਼ਾ ਕਿੱਥੋਂ ਆਉਂਦਾ ਸੀਗਾ? ਜੇਲ੍ਹ 'ਚ ਤੁਹਾਨੂੰ ਮਿਲਦਾ ਸੀ ਨਸ਼ਾ? ਜੇਲ੍ਹ ਦੇ ਵਿੱਚ ਤਾਂ ਜੀ ਇੱਕ ਤਾਂ ਦੇਖੋ ਨਸ਼ੇੜੀ ਬੰਦਾ ਬਾਹਰੋਂ ਜਾਂਦਾ ਜਿਹੜਾ ਬਾਹਰੋਂ ਹੀ ਨਸ਼ਾ ਕਰਦਾ, ਪਰ ਤੁਸੀਂ ਤਾਂ ਕਹਿ ਰਹੇ ਹੋ ਨਾ ਵੀ ਮੈਂ ਜੇਲ੍ਹ 'ਚ ਜਾ ਕੇ ਨਸ਼ਾ ਕਰਦਾ। ਹਾਂਜੀ ਹਾਂਜੀ, ਮੈਂ ਤੁਹਾਨੂੰ ਦੱਸਦਾ, ਜੇਲ੍ਹ ਦੇ ਵਿੱਚ 2 ਤਰ੍ਹਾਂ ਨਾਲ ਬੰਦਾ ਨਸ਼ਾ ਕਰਦਾ। ਇੱਕ ਤਾਂ ਬੰਦਾ ਜਾਂਦਾ ਜਿਹੜਾ ਬਾਹਰੋਂ ਨਸ਼ੇੜੀ ਹੁੰਦਾ, ਉਹਦਾ ਅੰਦਰ ਯੂਰਿਨ ਟੈਸਟ ਹੁੰਦਾ, ਉਹਦੇ ਅਕੋਰਡਿੰਗ ਇੱਕ ਨਾ ਗੋਲੀ ਹੁੰਦੀ ਆ ਸਾਲਟ ਦਾ ਬੁਪਰਨੋਰਫਿਨ ਆ, ਉਹ ਮਤਲਬ ਜਿਹੜਾ ਬੰਦੇ ਨੂੰ ਤੋੜ ਲੱਗਦੀ ਹੈ ਨਾ ਉਹਦੇ ਵਾਸਤੇ ਹੁੰਦੀ ਆ, ਜਿਹਨੂੰ ਕਹਿੰਦੇ ਜੀਭ ਦੇ ਥੱਲੇ। ਹਾਂ ਜੀ, ਜੀਭ ਵਾਲੀ ਗੋਲੀ, ਜੀਭ ਵਾਲੀ ਗੋਲੀ ਉਹ ਦਿੰਦੇ ਆ। ਅਤੇ ਅੰਦਰ ਫਿਰ ਜਦੋਂ ਮੈਂ ਗਿਆ ਵਾਂ, ਅੰਦਰ ਹਰੇਕ ਤਰ੍ਹਾਂ ਦੇ ਬੰਦੇ ਨੇ, ਨਸ਼ੇੜੀ ਵੀ ਹੈਗੇ ਆ, ਨੋਰਮਲ ਵੀ ਹੈਗਾ, ਹਰੇਕ ਤਰ੍ਹਾਂ ਦੇ ਹੈਗੇ ਆ। ਉਹ ਨਾ ਜਿਹੜੇ ਖਾ ਪੀ ਲੈਂਦੇ ਆ, ਦਿਲ ਜਿਹਾ ਲੱਗਾ ਰਹਿੰਦਾ ਸੀ ਉਹਨਾਂ ਦਾ, ਉਹਨਾਂ ਨਾਲ ਵੇਖ ਕੇ ਮੇਰੇ ਦਿਲ ਘੱਟਦਾ ਸੀ। ਅੱਛਾ, ਮੇਰਾ ਦਿਲ ਨਹੀਂ ਲੱਗਦਾ ਕਿਉਂਕਿ ਮੈਂ ਇੱਥੇ 7 ਦਿਨ ਤਾਂ ਮੇਰੇ ਹਵਾਲਾ 'ਚ ਗੁਜ਼ਰੇ। ਅੱਛਾ, ਸਦਰ ਥਾਣੇ ਦੇ ਵਿੱਚ। ਉਸ ਤੋਂ ਬਾਅਦ ਲੈ ਕੇ ਗਏ ਮੈਨੂੰ ਬਰਨਾਲੇ ਜੇਲ੍ਹ, ਬਰਨਾਲੇ ਜੇਲ੍ਹ ਤੋਂ ਬਾਅਦ ਮੈਨੂੰ ਸ਼ਿਫਟ ਕੀਤਾ ਬਠਿੰਡੇ ਜੇਲ੍ਹ 'ਚ, 12-13 ਮਹੀਨੇ ਮਿਲਾ ਦਾ ਉੱਥੇ ਲੱਗੇ ਮੇਰੇ ਬਠਿੰਡੇ। ਉਸ ਤੋਂ ਬਾਅਦ ਮੈਂ 2-3 ਮਹੀਨੇ ਇੱਥੇ ਲੱਗੇ ਆ ਪਟਿਆਲਾ ਜੇਲ੍ਹ ਦੇ ਵਿੱਚ, ਉਹ ਲੱਗਦੇ ਆ ਉੱਥੇ ਜੀਭ ਵਾਲੀਆਂ ਗੋਲੀਆਂ ਮਿਲਦੀਆਂ, ਕਿਸੇ ਨੂੰ 2 ਲੱਗ ਜਾਂਦੀਆਂ ਨੇ, ਕਿਸੇ ਦੀ 1 ਹੁੰਦੀ ਹੈ, ਕਿਸੇ ਦੀ 1.5 ਲੱਗ ਜਾਂਦੀ ਹੈ, ਉਹ ਸਰੀਰ ਦੇ ਹਿਸਾਬ ਨਾਲ ਆਪੇ ਲਾ ਲੂ ਦਿੰਦੇ ਆ। ਅਤੇ ਬਾਕੀ ਜਿਹੜਾ ਕਈ ਤਰਲੇ ਮਿਹਨਤ ਕਰ ਲੈਂਦੇ ਆ ਉਹਦੀ ਲਾ ਦੇ ਦਿੰਦੇ ਆ, ਪ੍ਰੋਪਰ ਹੀ ਲਾ ਦਿੰਦੇ ਆ ਵੀ ਜਿੰਨੀ ਮੰਗਦਾ, ਹੈ ਨਾ। ਅਤੇ ਮੇਰੇ ਨਾਲ ਐਂ ਹੋਇਆ ਵੀ ਮੈਨੂੰ ਜਿਹੜੇ ਬੰਦੇ ਆਉਂਦੇ ਸਨ ਉੱਥੇ ਜੀਭ ਦੇ ਥੱਲੇ ਪਾਉਂਦੇ ਆ। ਅੱਛਾ, ਕੁੱਟ ਕੇ, ਕਿਉਂਕਿ ਜੀ ਉੱਥੇ ਸਿਸਟਮ ਇੱਦਾਂ ਨਾ, ਜਿਹੜੇ ਬੰਦੇ ਦੇ ਕੋਲ ਨਾ ਗੁਜ਼ਾਰੇ ਵਾਸਤੇ ਸਿਸਟਮ ਨਹੀਂ ਹੈ ਅੰਦਰ, ਘਰੋਂ ਕੋਈ ਪੈਸੇ ਨਹੀਂ ਪਾ ਸਕਦਾ, ਤਾਂ ਉਹ ਬੰਦਾ ਕੀ ਕਰਦਾ, ਗੋਲੀ ਜੀਭ ਦੇ ਉੱਤੇ ਜਿਹੜੀ ਪਾਉਂਦੇ ਆ ਉਹ ਥੱਲੋਂ ਕੱਢ ਲੈਂਦੇ ਆ, ਗੋਲੀ ਸੁਕਾ ਕੇ ਵੇਚ ਦਿੰਦੇ ਆ। ਅੱਛਾ, ਗਿੱਲੀ ਗੋਲੀ ਨੂੰ, ਭਾਵੇਂ ਦੁੱਖ ਵੀ ਲੱਗਾ ਹੁੰਦਾ ਉਹਨੂੰ, ਉਹਨੂੰ ਕੱਢ ਲੈਂਦੇ ਆ ਅਤੇ ਕੱਢ ਕੇ ਸੁਕਾ ਕੇ ਆਪਣਾ ਗੁਜ਼ਾਰਾ ਚਲਾਈ ਜਾਂਦੇ ਆ। ਅੱਛਾ, ਮਤਲਬ ਦੂਜੇ ਲੋਕਾਂ ਨੂੰ ਵੇਚ ਦਿੰਦੇ ਹੋ? ਹਾਂਜੀ, ਹਾਲਾਂਕਿ ਉਹ ਬੰਦੇ ਗੋਲੀ ਖਾਂਦੇ ਵੀ ਨਹੀਂ ਹੈਗੇ। ਅਤੇ ਇੱਦਾਂ ਹੀ ਮੈਂ ਵੀ ਜਿਹੜੀਆਂ ਸੀ ਗੋਲੀਆਂ ਮੈਂ ਖਰੀਦਣ ਵੀ ਲੱਗ ਗਿਆ, ਅਤੇ ਮੈਂ
ਕਰਵਾ ਕੇ ਨਾ, ਜਿਵੇਂ ਹੁਣ ਬੰਦੇ ਜਿਹੜੇ ਲਾਉਂਦੇ ਹਨ ਗੋਲੀ ਖਾਂਦੇ ਸਨ, ਮੈਨੂੰ ਥੋੜ੍ਹੀ ਥੋੜ੍ਹੀ ਕਰਕੇ ਪਹਿਲਾਂ ਉਹਨਾਂ ਤੋਂ ਮਿਲਣ ਲੱਗ ਗਈ, ਮਤਲਬ ਕਿ ਮੈਂ ਉਹਨਾਂ ਤੋਂ ਲੈ ਲਈ ਯੂਜ਼ ਕਰਕੇ ਦੇਖੀ, ਠੀਕ ਹੈ, ਆਨੰਦ ਜਿਹਾ ਆਉਣ ਲੱਗ ਪਿਆ, ਕਹਿਣ ਲੱਗ ਪਿਆ ਆਪਾਂ ਨੇ ਵੀ ਜਿਵੇਂ ਨਸ਼ੇੜ ਨਹੀਂ, ਕਹਿੰਦੇ ਆਨੰਦ ਆ ਰਿਹਾ, ਸਵਾਦ ਜਿਹਾ ਆ ਗਿਆ ਵੀ ਚੱਲ ਦਿਲ ਜਿਹਾ ਲੱਗਣ ਲੱਗ ਗਿਆ। ਅਤੇ ਉਸ ਤੋਂ ਬਾਅਦ ਫਿਰ ਮੈਂ ਆਪਣਾ ਬਲੱਡ ਬਲੱਡ ਕਹਿੰਦਾ ਯੂਰਨ ਟੈਸਟ ਕਰਵਾ ਕੇ ਮੈਂ ਆਪਣੀ ਵੀ ਲਵਾ ਲਈ। ਅੱਛਾ, ਉਹ ਵੀ ਮੈਂ ਮੈਨੂੰ ਮਿਲਦੀ ਸੀ, ਅਤੇ ਜਿਹੜੀ ਆਧਾਰ ਕਾਰਡ ਵਗੈਰਾ ਵੀ ਲੈ ਕੇ ਉੱਥੇ ਅੰਦਰ ਲਾਉਂਦੇ ਆ। ਉਹ ਕਿਵੇਂ ਲਾਉਂਦੇ ਆ ਵੀ, ਮਤਲਬ ਜਿਹੜਾ ਬੰਦਾ ਨਸ਼ਾ ਕਰਦਾ ਹੁੰਦਾ ਉਹਦੇ ਵਾਸਤੇ ਲਾਉਂਦੇ ਆ ਕਿ ਮਤਲਬ? ਨਹੀਂ, ਨਹੀਂ ਵੀ ਹਰੇਕ ਦੀ ਨਹੀਂ ਲੱਗਦੀ ਹੈਗੀ, ਜਿਹੜੇ ਬੰਦੇ ਦੇ ਯੂਨਿਟ ਦੇ ਵਿੱਚ ਮਤਲਬ ਸੈਂਪਲ ਦੇ ਵਿੱਚ ਆਏਗਾ ਨਾ ਨਸ਼ਾ, ਉਹਦੀ ਲੱਗਦੀ ਹੁੰਦੀ ਹੈ। ਅਤੇ ਮੇਰੀ ਉਹ ਮੈਂ ਲੱਗ ਗਈ, ਕਿਉਂਕਿ ਮੈਂ ਕਾਫੀ ਦਿਨ ਮੈਂ ਖਾਂਦਾ ਰਿਹਾ ਸੀ ਮੰਗ ਮੰਗ ਕੇ, ਜਿਹੜੇ ਮਤਲਬ ਬੰਦੇ ਅੰਦਰ ਲੈ ਕੇ ਆਉਂਦੇ ਹੁੰਦੇ ਹਨ, ਅਤੇ ਕਈਆਂ ਸਿਸਟਮ ਐਂ ਸੀ ਸਾਬਤ ਹੀ ਲੈ ਆਉਂਦੇ ਹੁੰਦੇ ਸਨ, ਮਤਲਬ ਚੂਰ ਹੋਈ ਹੁੰਦੀ ਸੀ ਬਟ ਸਾਬਤ ਉਹ ਪੁੜੀ ਜੀ ਫੜ ਕੇ ਲੈ ਆਉਂਦੇ ਹੁੰਦੇ ਹਨ, ਅਤੇ ਕਈ ਜੀਭ ਦੇ ਉੱਤੇ ਰੱਖ ਕੇ ਕੱਢ ਕੇ ਲੈ ਕੇ ਆਉਂਦੇ ਹੁੰਦੇ ਹਨ, ਜਿਹੜੇ ਸਾਬਤ ਲੈ ਕੇ ਆਉਂਦੇ ਨੇ ਮੈਂ ਉਹ ਤੋਂ ਖਾ ਲੈਂਦਾ ਸੀ। ਅਤੇ ਉਹ ਜਦੋਂ ਮੇਰੇ ਅੰਦਰ ਸਰੀਰ ਦੇ ਗਈ ਅਤੇ ਮੇਰੇ ਯੂਰੀਨ ਦੇ ਵਿੱਚ ਵੀ ਆ ਗਈ, ਅਤੇ ਮੇਰੀ ਗੋਲੀ ਵੀ ਲੱਗ ਗਈ ਜੀ ਉੱਥੋਂ। ਉਸ ਤੋਂ ਬਾਅਦ ਇੱਕ ਜੀ ਜਦੋਂ ਨਹੀਂ ਸੀ ਕਰਦੀ ਹੈਗੀ, ਮਤਲਬ ਕਰਦੀ ਤਾਂ ਹੈਗੀ ਆ ਕਿਉਂਕਿ ਸਲਟ ਬਹੁਤ ਤੇਜ਼ ਆ, ਇੱਕ ਦੇ ਨਾਲ ਮੈਨੂੰ ਐਂ ਸੀ ਵੀ ਹੋਰ ਹੋ ਜੇ, ਮੈਂ ਦੋ ਤੋਂ ਤਿੰਨ ਚਾਰ ਅੱਛਾ ਖਾਣ ਲੱਗ ਗਿਆ, ਇਹ ਵੀ ਇੱਕ ਟਾਈਮ 'ਤੇ ਤਿੰਨ ਚਾਰ ਟਾਈਮ 'ਤੇ ਖਾ ਕੇ ਦਿਨ ਦੇ ਵਿੱਚ ਤੁਸੀਂ ਚਾਰ ਗੋਲੀਆਂ ਖਾ ਲੈਂਦੀ ਸੀ ਨੀ ਰਾਹ? ਮੈਂ ਸ਼ਾਮ ਤੱਕ ਵੀ ਖਾਈ ਜਾਂਦਾ ਹੁੰਦਾ ਜਦੋਂ ਮਾੜਾ ਜਾਂ ਅੱਖਾਂ ਕਿਤੇ ਖੁੱਲ੍ਹਣ ਲੱਗ ਪੈਂਦੀਆਂ ਹੁੰਦੀਆਂ ਨਾ ਵੀ, ਮਤਲਬ ਰਿਐਲਿਟੀ ਦੇ ਵਿੱਚ ਆਉਣ ਲੱਗ ਪੈਂਦਾ ਬੰਦੇ ਦਾ ਸਰੀਰ, ਫਿਰ ਬੰਦੇ ਫਿਰ ਮੈਂ ਦੁਬਾਰਾ ਖਾ ਲੈਣੀ ਕਰਨੀ ਉਨੀ ਕੁ ਵੀ ਸੈੱਟ ਰਹੇ ਕੰਮ। ਅਤੇ ਉਹ ਫਿਰ ਜਿਵੇਂ ਹੁਣ ਤੁਸੀਂ ਚਾਰ ਗੋਲੀਆਂ ਖਾ ਲੈਂਦੇ ਸੀਗੇ, ਜੇਲ੍ਹਾਂ ਦੇ ਵਿੱਚ ਨਸ਼ਾ ਇੰਨਾ ਆਮ ਹੋ ਗਿਆ ਵੀ ਹਾਂ ਜੇਲ੍ਹਾਂ ਦੇ ਵਿੱਚ ਮਿਲੀ ਜਾਂਦੀਆਂ ਗੋਲੀਆਂ, ਸਾਰਾ ਕੁਛ ਮਿਲਦਾ, ਇੰਨੀਆਂ ਮਿਲਦੀਆਂ, ਸਾਰਾ ਕੁਛ ਮਿਲਦਾ, ਕੁਛ ਮਿਲਦਾ ਜੇਲ੍ਹਾਂ ਦੇ ਵਿੱਚ? ਇੱਕ ਤਾਂ ਤੁਸੀਂ ਆਹ ਜੀਭ ਵਾਲੀ ਗੋਲੀ ਕਿਹਾ, ਉਸ ਤੋਂ ਇਲਾਵਾ ਤੁਸੀਂ ਕੋਈ ਹੋਰ ਨਸ਼ਾ ਕੀਤਾ ਜੇਲ੍ਹ ਦੇ ਵਿੱਚ? ਜੇਲ੍ਹ ਦੇ ਵਿੱਚ ਜੀ ਜਰਦਾ, ਬੀੜੀ ਔਰ ਚਿੱਟਾ। ਅੱਛਾ, ਚਿੱਟਾ ਤੱਕ ਮਿਲਦਾ ਜੇਲ੍ਹ ਦੇ ਵਿੱਚ ਜੀ? ਸਿਰਫ ਉਹ ਕਿਵੇਂ ਫਿਰ ਕਿਵੇਂ ਮਿਲਦਾ ਉਹ, ਕਿਵੇਂ ਜਿਹੜੇ ਉੱਥੇ ਮੁਲਾਜ਼ਮ ਹੁੰਦੇ ਨੇ ਉਹ ਦਿੰਦੇ ਨੇ ਜਾਂ ਫਿਰ ਸਪੈਸ਼ਲ ਕੋਈ ਬਾਹਰੋਂ ਜਿਵੇਂ ਕੋਈ ਲੈ ਕੇ ਆਉਂਦਾ ਜਾਂ ਕੀ ਆ ਉਹ? ਬੰਦਿਆਂ ਨੇ ਬਾਹਰ ਵੀ ਸੈਟਿੰਗ ਕੀਤੀ ਹੁੰਦੀ ਆ ਬੰਦਿਆਂ ਦੇ ਨਾਲ, ਅੰਦਰ ਕੀ ਸਿਸਟਮ ਚੱਲਦਾ ਜੀ? ਅੰਦਰ ਤੁਸੀਂ ਕਹਿ ਤਾ ਜਿਵੇਂ ਲਾ ਲਓ, ਸਪੋਜ਼ ਕਰੋ ਮੈਨੂੰ ਚਾਹੀਦਾ ਔਰ ਤੁਹਾਡੇ ਕੋਲ ਸਮਾਨ ਹੈਗਾ, ਮੈਂ ਤੁਹਾਨੂੰ ਕਹਾਂਗਾ ਕਿ ਮੈਨੂੰ ਸਮਾਨ ਚਾਹੀਦਾ, ਅਤੇ ਤੁਸੀਂ ਆਪਣਾ ਮੋਬਾਈਲ ਨੰਬਰ ਦਿਓਗੇ ਘਰਦਿਆਂ ਦਾ ਜਾਂ ਕਿਸੇ ਦਾ ਕਹਿ ਲਓ, ਕੋਈ ਮੋਬਾਈਲ ਨੰਬਰ ਇੱਕ ਰੱਖਿਆ ਹੁੰਦਾ ਵੀ ਇਸ ਨੰਬਰ 'ਤੇ ਬਾਹਰ, ਉਹ ਤਾਂ ਅੰਦਰ ਬੈਠੇ ਨੇ ਬਾਹਰ, ਇਸ ਨੰਬਰ 'ਤੇ ਤੂੰ ਘਰਦਿਆਂ ਤੋਂ ਯਾਰ ਦੋਸਤ ਤੋਂ ਕਿਸੇ ਤੋਂ ਵੀ ਇੰਨੇ ਪੈਸੇ ਪੇਟੀਐਮ ਗੂਗਲ ਪੇ ਕਰਵਾ ਦੇ, ਤੈਨੂੰ ਇੱਥੇ ਅੰਦਰ ਸਮਾਨ ਮਿਲ ਜੂਗਾ। ਅੱਛਾ, ਤਕੜਾ ਨੈਟਵਰਕ ਰੱਖਿਆ ਹੋਇਆ। ਅਤੇ ਜਿਹੜਾ ਕਹਿੰਦੇ ਉਹ ਬਾਹਰੋਂ ਆਉਂਦਾ ਕਿਵੇਂ ਆ, ਇੱਕ 5 ਰੁਪਏ ਦੀ ਪੁੜੀ ਆ ਜਰਦੇ ਦੀ, 10 ਵਾਲੀ ਹੁੰਦੀ ਆ ਕਿ 5 ਵਾਲੀ ਹੁੰਦੀ ਆ, ਉਹ ਅੰਦਰ ਇੱਕ ਮੈਂ ਦੱਸਣਾ ਸ਼ਾਇਦ ਮੈਂ ਪਿਛਲੇ ਇੰਟਰਵਿਊ ਦੱਸਿਆ ਤੁਹਾਨੂੰ ਮੈਂ, ਅਤੇ ਇੱਕ ਢੱਕਣ ਪੈਪਸੀ ਦਾ 300 ਰੁਪਏ ਦਾ, ਹਰੇਕ ਜੇਲ੍ਹ ਦਾ ਵੱਖਰਾ ਵੱਖਰਾ ਹਿਸਾਬ ਆ। ਜਰਦੇ ਦਾ ਇੱਕ ਢੱਕਣ 300 ਰੁਪਏ ਦਾ ਮਿਲਦਾ ਸੀ ਜਦੋਂ ਮੈਂ ਸੀ 2021 ਦੇ ਵਿੱਚ। ਅੱਛਾ ਜੀ, ਠੀਕ ਆ ਜੀ। ਔਰ ਜਦੋਂ ਤੋੜ ਮਤਲਬ ਘੱਟ ਮਿਲਦਾ, ਜਦੋਂ ਲਾ ਲਿਆ ਵੀ ਬਾਹਰੋਂ ਸਮਾਨ ਜੇਲ੍ਹ ਦੇ ਵਿੱਚ ਆ ਨਹੀਂ ਰਿਹਾ, ਜਦੋਂ ਸਮਾਨ ਨਹੀਂ ਆਉਂਦਾ ਨਾ, ਤਾਂ ਉਹ ਜਿਹੜਾ 300 ਦਾ ਢੱਕਣ ਹੈ ਉਹ 300 ਤੋਂ 400 ਦਾ, 500 ਦਾ, 600 ਦਾ ਵੀ ਹੋ ਜਾਂਦਾ ਸੀ। ਅੱਛਾ, ਹਾਂਜੀ। ਫਿਰ ਇੰਨਾ ਪੈਸਾ ਅੰਦਰ ਕਿਵੇਂ ਆਉਂਦਾ? ਪੈਸਾ ਕਿਵੇਂ, ਪੈਸਾ ਨਹੀਂ, ਪੈਸਾ ਤਾਂ ਜਸਟ ਬਾਹਰੋਂ ਬਾਹਰ ਹੀ ਗੂਗਲ ਪੇ ਪੇਟੀਐਮ ਹੋ ਰਹੇ ਨੇ ਜੀ। ਅੱਛਾ, ਜਰਦੇ ਦਾ ਢੱਕਣ ਲੈਣ ਵਾਸਤੇ ਵੀ ਬਾਹਰੋਂ ਗੂਗਲ ਪੇ ਪੇਟੀਐਮ ਕਰਾਉਣੇ ਪੈਂਦੇ? ਹਾਂਜੀ ਹਾਂਜੀ। ਨਹੀਂ, ਜੇਲ੍ਹਾਂ ਦੇ ਵਿੱਚ ਵੀ ਕਹਿੰਦੇ ਮੁੰਡੇ ਉੱਥੇ ਕੰਮ ਕਰਦੇ ਨੇ, ਦਿਹਾੜੀਆਂ ਲਾਉਂਦੇ ਨੇ? ਨਹੀਂ, ਮੈਂ ਤੁਹਾਨੂੰ ਦੱਸਦਾ, ਜਿਹੜਾ ਚਲੋ ਜਿਹੜੇ ਬੰਦੇ ਕੋਲ
ਬਾਹਰੋਂ ਗੂਗਲ ਪੇ ਪੇਟੀਐਮ ਨਹੀਂ ਨਾ ਕਰਵਾ ਸਕਦੇ। ਅੰਦਰ ਜਿਵੇਂ ਇੱਕ ਨਾ ਵਾਈਫਾਈ ਵਾਲਾ ਕਾਰਡ ਬਣਦਾ ਬੰਦੇ ਦਾ ਕੰਟੀਨ ਵਾਸਤੇ, ਉਹ ਜਾਂ ਫਿਰ ਜਾਂ ਤਾਂ ਬਾਹਰੋਂ ਕਰਵਾਉਂਦੇ ਆ ਲੋਕ ਵੀ ਬਾਹਰੋਂ ਬਾਹਰ ਗੂਗਲ ਪੇ ਕਰਵਾ ਦਿੰਦੇ ਆ, ਜਾਂ ਫਿਰ ਉਹ ਕਾਰਡ ਹੁੰਦੇ ਆ ਨਾ ਉਹਦੇ ਵਿੱਚ ਪੈਸੇ ਮਤਲਬ ਪਵਾਉਂਦੇ ਆਪਾਂ ਘਰਦਿਆਂ ਤੋਂ ਪਵਾ ਸਕਦੇ ਹਾਂ, ਉਹਦੇ ਵਿੱਚੋਂ ਜੇ 300 ਦਾ ਆਪਾਂ ਢੱਕਣ ਲੈ ਰਹੇ ਹਾਂ ਆਪਾਂ ਨੂੰ ਜਰਦਾ ਮਿਲ ਜੂਗਾ, ਆਪਾਂ 300 ਦਾ ਰਾਸ਼ਨ ਦਵਾ ਸਕਦੇ ਹਾਂ ਅੰਦਰ। ਅੱਛਾ, ਇੱਦਾਂ ਵੀ ਚੱਲਦਾ। ਅਤੇ ਉੱਥੇ ਕੰਮ ਵਗੈਰਾ ਵੀ ਕੀਤਾ ਤੁਸੀਂ ਜੇਲ੍ਹ ਦੇ ਵਿੱਚ? ਨਹੀਂ, ਆਪਾਂ ਕੰਮ ਨਹੀਂ ਕੀਤਾ, ਕੰਮ ਕਰਨ ਵਾਸਤੇ ਉਹ ਤਾਂ ਆਪਣੇ 'ਤੇ ਡਿਪੈਂਡ ਆਪਾਂ ਕਰਨਾ ਚਾਹੁੰਦੇ ਹਾਂ ਕਿ ਨਹੀਂ, ਕਿਉਂਕਿ ਜਿਹੜੇ ਹਵਾਲਾਤੀ ਹੁੰਦੇ ਆ ਨਾ ਆਪਾਂ ਤਾਂ ਹੈਗੇ ਅੰਡਰ ਟ੍ਰਾਇਲ, ਅਤੇ ਜਿਹੜੇ ਕੈਦੀ ਆ ਉਹਨਾਂ ਨੂੰ ਤਾਂ ਕਰਨਾ ਪੈਂਦਾ ਹੀ ਆ। ਅਤੇ ਕਿਤੇ ਕਿਤੇ ਨਾ ਜੇ ਲੰਗਰ ਦੇ ਵਿੱਚ ਐਡੇ ਤਾਂ ਸੁੰਡ ਮਿਲਦੇ ਆ ਜੀ ਸਬਜ਼ੀ ਦੇ ਵਿੱਚ, ਮੈਂ ਹਰੇਕ ਜੇਲ੍ਹ ਦੀ ਗੱਲ ਨਹੀਂ ਕਰ ਰਿਹਾ, ਮੈਂ ਬਠਿੰਡੇ ਜੇਲ੍ਹ ਦੀ ਗੱਲ ਕੀਤੀ ਆ, ਬਠਿੰਡੇ ਜੇਲ੍ਹ ਮੈਂ ਜ਼ਿਆਦਾ ਟਾਈਮ ਕੱਟਿਆ, ਪਟਿਆਲੇ ਜੇਲ੍ਹ ਦੀ ਰੋਟੀ ਬਹੁਤ ਸਹੀ ਸੀ। ਅਤੇ ਲੰਗਰ ਦੇ ਵਿੱਚ ਜਦੋਂ ਬੰਦੇ ਕੰਮ ਕਰਦੇ ਨੇ ਕਈ ਤਾਂ ਉਹਨਾਂ ਦਾ ਸਿਸਟਮ ਐਂ ਹੁੰਦਾ ਜੀ, ਉਹਨਾਂ ਨੂੰ ਰੋਟੀ ਪਾਣੀ ਵਧੀਆ ਮਿਲਦਾ ਜੇ ਉਹ ਆਪਣੇ 'ਤੇ ਡਿਪੈਂਡ ਆਪਾਂ ਕਰਨਾ ਚਾਹੁੰਦੇ ਹਾਂ ਕਿ ਨਹੀਂ, ਬਟ ਨਾ ਕਰਾ ਦਿੰਦੇ ਉੱਥੇ। ਅਤੇ ਦੋ ਜਦੋਂ ਮੈਂ ਸਟਾਰਟਿੰਗ 'ਚ ਨਵਾਂ ਨਵਾਂ ਗਿਆ ਸੀ ਬਰਨਾਲੇ ਜੇਲ੍ਹ ਦੇ ਵਿੱਚ, ਮੈਂ ਚਾਹ ਪੀ ਕੇ ਵੇਖੀ ਤਾਂ ਵਧੀਆ ਨਹੀਂ ਲੱਗੀ ਜੀ। ਮੈਂ ਘਰ ਦੇ ਵਿੱਚ ਵੀ 15-15 ਗਲਾਸ ਪੀ ਜਾਂਦਾ ਹੁੰਦਾ, ਆਪ ਬਣਾਉਂਦਾ ਹਾਂ, ਮਿਹਨਤੀ ਬਹੁਤ ਮਿਹਨਤ ਕੀਤੀ ਜੀ, ਮੈਂ ਮੱਝਾਂ ਦਾ ਕੰਮ ਕਰਦਾ ਹਾਂ ਅਤੇ ਕੰਮ ਕਰਦੇ ਰਹਿਣਾ ਸਾਰਾ ਦਿਨ, ਚਾਹ ਦਾ ਹੀ ਨਸ਼ਾ ਸੀ ਮੈਨੂੰ ਸਿਰਫ। ਅਤੇ ਜਦੋਂ ਜੇਲ੍ਹ ਗਿਆ ਇਹ ਚਾਹ ਚੂਹ ਸਾਰਾ ਕੁਛ ਵਿਸਰ ਗਿਆ, ਬਸ ਜਿਉਂ ਦਾ ਚੱਕ ਦਿੱਤਾ ਜੀ। ਫਿਰ ਜੇਲ੍ਹ ਦੇ ਵਿੱਚ ਤੁਹਾਡੀ ਕਿਸੇ ਗੈਂਗਸਟਰ ਨਾਲ ਜਾਂ ਕਿਸੇ ਨਾਮੀ ਜਿਹੜੇ ਉੱਥੇ ਹੁੰਦੇ ਨੇ ਗੈਂਗਸਟਰ ਉਹਨਾਂ ਨਾਲ ਕਿਸੇ ਨਾਲ ਮੁਲਾਕਾਤ ਹੋਈ? ਮੇਰੀ ਤਰੀਕ ਸੀਗੀ ਅਤੇ ਗੈਂਗਸਟਰ ਆ, ਏ ਕਲਾਸ ਗੈਂਗਸਟਰ ਆ, ਉਹ ਵੀ ਸੇਮ ਥੋੜ੍ਹੇ ਟਾਈਮ ਬਾਅਦ ਉੱਥੇ ਆਇਆ, ਮਤਲਬ ਹੈ ਨਾ ਬਹਿਲਾਉਣ ਫਸਲਾਉਣ ਵਾਲੀਆਂ ਗੱਲਾਂ ਹੁੰਦੀਆਂ ਨੇ, ਉਹ ਮੇਰੇ ਇਕੱਲੇ ਨਾਲ ਨਹੀਂ ਸੀ, ਮਤਲਬ ਕਾਫੀ ਬੰਦੇ ਖੜ੍ਹੇ ਆ ਸੀ ਉੱਥੇ, ਸਾਰਿਆਂ ਨੂੰ ਕਹਿੰਦਾ ਆਪਾਂ ਸਾਰੇ ਭਰਾਵਾਂ, ਆਪਾਂ ਕਿਸੇ ਦੇ ਅਧੀਨ ਨਹੀਂ ਰਹਿਣਾ, ਇਹ ਨਹੀਂ ਕਰਨਾ, ਵੋ ਨਹੀਂ ਕਰਨਾ, ਆਪਾਂ ਆਹ ਕਰ ਦੇਣਾ, ਵਾਹ ਕਰ ਦੇਣਾ। ਅਤੇ ਜਦੋਂ ਕੰਮ ਸਾਰਾ ਕੁਛ ਮਤਲਬ ਤਰੀਕ ਤਰੂਕ ਪੈ ਕੇ ਨਿਬੇੜ ਕੇ ਜਾਂਦੇ ਆ, ਜਿਹੜੇ ਤਾਂ ਹੁੰਦੇ ਆ ਮਤਲਬ ਘੱਟ ਦਿਮਾਗ ਦੇ, ਉਹ ਤਾਂ ਗੱਲਾਂ 'ਚ ਆ ਵੀ ਜਾਂਦੇ ਆ ਜੀ, ਠੀਕ ਆ। ਹੁਣ ਜਿਹਨੇ ਆਪਣਾ ਫਿਊਚਰ ਹੀ ਵੇਖਣਾ, ਆਪਣਾ ਘਰ ਬਾਰ ਵੀ ਵੇਖਣਾ, ਉਹ ਨਹੀਂ ਇਹਨਾਂ ਕੰਮਾਂ ਵਾਸਤੇ ਜਾਂਦਾ ਹੈਗਾ। ਅਤੇ ਆਪਾਂ ਆਪਣੇ ਆਪ ਨੂੰ ਮੋੜਿਆ ਇਸ 'ਚੋਂ, ਅਤੇ ਕਈ ਹੋਰ ਹੁੰਦੇ ਵੀ ਆ ਗੱਲਾਂ 'ਚ ਆ ਜਾਂਦੇ ਆ ਜੀ, ਅਤੇ ਗੱਲਾਂ ਦੇ ਵਿੱਚ ਵੀ ਉਹ ਲਿਆਉਂਦੇ ਆ ਇਸ ਤਰੀਕੇ ਨਾਲ ਵੀ ਤੁਸੀਂ ਐਂ ਕਹੋ ਕਿ ਬਸ ਭਰਾ ਮੇਰਾ ਤਾਂ ਇਹੀ ਆ। ਤੁਹਾਡੇ ਨਾਲ ਹੋਈ ਗੱਲ ਉਹਨਾਂ ਦੀ ਕੋਈ? ਹਾਂ, ਉੱਥੇ ਬਸ ਇੱਕ ਦੋ ਵਾਰ ਤਰੀਕ 'ਤੇ ਸੀ, ਤਰੀਕ 'ਤੇ ਹੋਇਆ, ਹਾਂ ਭਰਾ ਕਿੱਥੋਂ ਆ ਤੂੰ, ਆਪਾਂ ਪਟਿਆਲੇ ਤੋਂ ਜੀ। ਅੱਛਾ, ਬਸ ਇੰਨੀ ਕੋਈ ਗੱਲ ਹੋਈ ਆ, ਉਦੋਂ ਬਾਅਦ ਤਰੀਕ ਪੈ ਗਈ, ਉਹ ਆਪਣੇ ਆ, ਅਸੀਂ ਆਪਣੇ ਰਾਹ। ਨਹੀਂ, ਤੁਹਾਨੂੰ ਨਹੀਂ ਕਦੇ ਉਹਨਾਂ ਨੇ ਕਿਹਾ ਵੀ ਹਾਂ ਵੀ ਸਾਡੇ ਨਾਲ ਚੱਲ ਪਿਆ ਯਾਰ ਤੂੰ? ਇੱਦਾਂ ਦਾ ਕੁਛ ਨਹੀਂ ਹੋਇਆ। ਅੱਛਾ ਅੱਛਾ। ਨਹੀਂ, ਜਿਵੇਂ ਹੁਣ ਤੁਸੀਂ ਕਿਹਾ ਨਾ ਵੀ ਉਹ ਇਹੋ ਜਿਹੀਆਂ ਗੱਲਾਂ ਕਰਦੇ ਆ, ਮਾਈਂਡ ਵਾਸ਼ ਕਰਦੇ ਨੇ, ਮਾਈਂਡ ਵਾਸ਼ ਕਰਦੇ, ਉਹ ਤਾਂ ਕਰਦੇ ਨਾ, ਹੁਣ ਸਾਹਮਣੇ ਬੰਦੇ ਇੰਨੇ ਨੇ, ਕਈ ਬੰਦਿਆਂ ਦੇ ਉਹ ਇੰਸਪੀਰੇਸ਼ਨ ਨੇ, ਠੀਕ ਆ, ਇਸ ਚੀਜ਼ ਦਾ ਉਹਨਾਂ ਨੂੰ ਵੀ ਪਤਾ ਵੀ ਸਾਨੂੰ ਕਈ ਬੰਦੇ ਫੋਲੋ ਕਰਦੇ ਨੇ, ਉਹਨਾਂ ਨੂੰ ਐਂ ਹੁੰਦਾ ਵੀ ਇਹਨਾਂ ਦੇ ਵਿੱਚ ਵੀ ਕੋਈ ਸਾਨੂੰ ਫੋਲੋ ਕਰਨ ਵਾਲਾ ਹੋਵੇ ਅਤੇ ਸਾਡੇ ਅਧੀਨ ਗੱਲਾਂ ਕੰਮ ਕਰੇ ਕੋਈ, ਅਤੇ ਆਪਾਂ ਇਸ ਚੀਜ਼ ਦਾ ਇਸਤੇਮਾਲ ਕਰੀਏ। ਅੱਛਾ, ਤੁਸੀਂ ਉਹਨਾਂ ਦੀਆਂ ਗੱਲਾਂ 'ਚ ਨਹੀਂ ਆਏ, ਤੁਸੀਂ ਆਪਣਾ ਪੈਰ ਆ ਜਿਹੜਾ ਉਹ ਪਿੱਛੇ ਪੜ? ਬਿਲਕੁਲ ਜੀ, ਬਿਲਕੁਲ। ਅੱਛਾ, ਫਿਰ ਜੇਲ੍ਹ 'ਚੋਂ ਬਾਹਰ ਕਿਵੇਂ ਆਏ ਤੁਸੀਂ? ਜੇਲ੍ਹ ਦੇ ਵਿੱਚੋਂ ਬਾਹਰ ਫਿਰ ਮੇਰੇ 15-16 ਮਹੀਨੇ ਲੱਗੇ ਸਨ, ਅਤੇ ਜ਼ਮਾਨਤ ਹੋਈ ਮੇਰੀ ਕਾਫੀ, ਜਦੋਂ ਮਤਲਬ 6 ਮਹੀਨੇ ਤਾਂ ਮੈਨੂੰ ਲੱਗਦਾ ਮੇਰੀਆਂ ਤਰੀਕਾਂ ਹੀ ਪੈਂਦੀਆਂ ਰਹੀਆਂ। ਪਹਿਲੀ ਤਰੀਕ ਪੈ ਗਈ ਤਾਂ ਜੱਜ ਨੇ ਅਗਲੇ ਮਹੀਨੇ ਦੀ ਪਾ ਦਿੱਤੀ, ਫਿਰ 2 ਮਹੀਨੇ ਦੀ ਪਾ ਦਿੱਤੀ, ਮਹੀਨੇ ਦੀ ਬਾਅਦ ਫਿਰ ਪਾ ਦਿੱਤੀ, ਬੜਾ ਦਿਮਾਗ ਖਰਾਬ ਰਹਿਣ ਲੱਗ ਪਿਆ, ਪਤਾ ਨਹੀਂ ਹੋਏਗੀ ਵੀ ਕਿ ਨਹੀਂ, ਕਿਉਂਕਿ ਕਦੇ ਠਾਣੇ ਬਿਠਾਣੇ ਤਾਂ ਗਏ ਨਹੀਂ ਸੀ ਹੈਗੇ, ਅਤੇ ਡਰ ਲੱਗਦਾ ਸੀ ਪਤਾ ਨਹੀਂ ਕੀ ਹੋ ਜਾਏਗਾ, ਪਰ ਸਿਖਾਉਂਦੀ ਬਹੁਤ ਕੁਛ ਆ ਜੇਲ੍ਹ।
ਕਿਵੇਂ ਮਤਲਬ ਜ਼ਮਾਨਤ ਹੈ ਜਿਹੜੀ ਉਹ ਕਿਵੇਂ ਘਰਦਿਆਂ ਨੇ ਕਰਵਾਈ ਕਿਵੇਂ, ਕਿਉਂਕਿ ਤੁਹਾਡਾ ਤਾਂ ਸਾਰਾ ਪਰਿਵਾਰ ਹੀ ਕਹਿ ਰਹੇ ਹੋ ਤੁਸੀਂ ਜੇਲ੍ਹ 'ਚ? ਹਾਂਜੀ ਚਾਚਾ ਜੀ ਨੇ ਲਾਲ ਸਿੰਘ, ਉਹਨਾਂ ਨੇ ਸਾਰੀ ਪੈਰਵਾਈ ਕੀਤੀ। ਅੱਛਾ। ਅਤੇ ਭੂਆ ਹੋਣੀ ਸੀ ਅਤੇ ਇੱਕ ਮੇਰਾ ਫਰੈਂਡ ਆ ਬੀ ਐੱਸ ਬਿੱਟੂ। ਅੱਛਾ ਜੀ। ਅਤੇ ਇੱਕ ਦੋ ਫਰੈਂਡ ਆ ਮੇਰੇ ਅਬਰੋਡ ਇਸ ਟਾਈਮ, ਅਤੇ ਉਹਨਾਂ ਨੇ ਬਹੁਤ ਸਾਥ ਦਿੱਤਾ ਆਪਣਾ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਜਿਹੜੀ ਤੁਹਾਡੀ ਲਾਈਫ ਹੈ ਫਿਰ ਹੁਣ ਉਹ ਕਿਵੇਂ ਦੀ ਹੈ? ਕਿਉਂਕਿ ਕਈ ਵਾਰ ਐਂ ਹੁੰਦਾ ਨਾ ਵੀ ਆਪਣੇ ਇੱਕ ਟੈਗ ਜਿਹਾ ਲੱਗ ਜਾਂਦਾ ਯਾਰ ਵੀ ਇਹ ਤਾਂ ਜੇਲ੍ਹ ਕੱਟ ਕੇ ਆਇਆ, ਹੈ ਨਾ, ਜਦੋਂ ਆਪਾਂ ਬਾਹਰ ਕੰਮ ਕਰ ਦੇ ਲਈ ਜਾਂਦੇ ਹਾਂ, ਕਿਉਂਕਿ ਅੱਜ ਦਾ ਟਾਈਮ ਹੈ ਜਿਹੜਾ ਇਹ ਰੋਟੀ ਖਾਣ ਵਾਸਤੇ ਕੰਮ ਤਾਂ ਕਰਨਾ ਪੈਣਾ, ਮਿਹਨਤ ਕਰਨੀ ਪੈਣੀ। ਜਦੋਂ ਤੁਸੀਂ ਕਿਸੇ ਕੋਲ ਜੌਬ ਵਗੈਰਾ ਲੈਣ ਲਈ ਜਾਂਦੇ ਹੋ, ਕਿਉਂਕਿ ਤੁਹਾਡਾ ਰਹਿਣ ਸਹਿਣ ਸਾਰਾ ਕੁਝ ਇੱਥੇ ਦਾ, ਹੈ ਨਾ, ਸਾਰਿਆਂ ਨੂੰ ਪਤਾ ਤੁਹਾਡੇ ਬਾਰੇ, ਤਾਂ ਉਦੋਂ ਕੀ ਹਿਸਾਬ ਕਿਤਾਬ ਹੁੰਦਾ ਸਾਹਮਣੇ ਵਾਲੇ ਦੇ ਰਿਐਕਸ਼ਨ ਕੀ ਹੁੰਦੇ ਆ? ਕੰਮ ਮਿਲ ਗਿਆ ਜਾਂ ਹਲੇ ਵੀ ਮਤਲਬ ਉਹ ਵੀ ਧੱਕੇ ਖਾਣੇ ਪੈਂਦੇ ਆ ਵੀ ਹਾਂ ਹਲੇ ਕਿਸੇ ਕੋਲ ਇੰਟਰਵਿਊ ਦੇਣ ਜਾ ਰਹੇ ਕਦੇ ਕਿਸੇ ਕੋਲ? ਦੇਖੋ ਜੀ, ਆਪਾਂ ਸ਼ੁਰੂ ਤੋਂ ਹੀ ਕਿਸੇ ਦੇ ਅੰਡਰ ਰਹਿ ਕੇ ਕੰਮ ਨਹੀਂ ਕੀਤਾ, ਕਿਉਂਕਿ ਮੇਰਾ ਆਪਣਾ ਹੀ ਕੰਮ ਬੜਾ ਵਧੀਆ ਸੀਗਾ। ਮੇਰੇ ਕੋਲ 35-40 ਡੰਗਰ ਸੀਗੇ ਅਤੇ 40-45 ਕਿੱਲੇ ਖੇਤੀ ਆਪਾਂ ਕਰਦੇ ਹੁੰਦੇ ਸੀ। ਉਸ ਤੋਂ ਬਾਅਦ ਜਦੋਂ ਜੇਲ੍ਹੋਂ ਆਇਆ ਅਤੇ ਆਹ ਜਦੋਂ ਮਤਲਬ ਆ ਸਾਡਾ ਕਲੇਸ਼ ਰਹਿੰਦਾ ਹੁੰਦਾ ਸੀ, ਇਹ ਕਲੇਸ਼ ਦੇ ਦੌਰਾਨ ਹੀ ਸਾਡੇ ਘਰ ਦੇ ਵਿੱਚ ਕਹਿ ਲਓ ਵੀ ਕੀੜੀ ਜੀ ਫਿਰਨੀ ਸ਼ੁਰੂ ਹੋ ਗਈ। ਸਾਈਕਲ ਤੋਂ ਲੈ ਕੇ ਕੰਬਾਈਨ ਤੱਕ ਆਪਣੀ ਸੀ, ਕੁਛ ਨਹੀਂ ਰਿਹਾ ਹੈਗਾ। ਅਤੇ ਉਸ ਤੋਂ ਬਾਅਦ ਜੀ ਡੰਗਰ ਨੇ ਉਹ ਵੀ ਮਤਲਬ ਇੱਕ ਇੱਕ ਕਰਕੇ, ਕੋਈ ਮਰ ਗਿਆ, ਕੋਈ ਵਿਕ ਗਏ, ਕੁਛ ਇੱਦਾਂ ਹੀ ਕਰਕੇ ਮਤਲਬ ਖਾਲੀ ਹੋ ਗਿਆ ਜੀ ਘਰ। ਅਤੇ ਜਦੋਂ ਮੈਂ ਜੇਲ੍ਹੋਂ ਆਇਆ ਅਤੇ ਬਾਪੂ ਮੇਰੇ ਪਰੋਲ 'ਤੇ ਆਏ ਹੋਏ ਸੀਗੇ, ਅਤੇ ਉਹਨਾਂ ਨੂੰ ਦੁਬਾਰਾ ਜਾਣਾ ਪੈਣਾ ਸੀ ਵੀ ਬੰਦੇ ਨੇ ਜੇ ਦੁਬਾਰਾ ਜ਼ਮਾਨਤ ਲੈਣੀ ਹੈ ਨਾ ਪ੍ਰੋਪਰ, ਤਾਂ ਉਹਦੇ ਵਾਸਤੇ ਇੱਕ ਵਾਰ ਦੁਬਾਰਾ ਸਰੈਂਡਰ ਕਰਨਾ ਪੈਂਦਾ। ਅਤੇ ਚਲੋ ਬਾਪੂ ਨੂੰ ਵੀ ਹੌਸਲਾ ਹੋ ਗਿਆ ਵੀ ਮੈਂ ਚਲੋ ਆ ਗਿਆ, ਹੁਣ ਮੈਂ ਘਰ ਸਾਂਭ ਲੂੰਗਾ, ਅਤੇ ਬਾਪੂ ਵੀ ਸਰੈਂਡਰ ਕਰ ਗਏ। ਅਤੇ ਉਸ ਤੋਂ ਬਾਅਦ ਮੈਂ ਰਹਿ ਗਿਆ ਜੀ ਘਰ ਦੇ ਵਿੱਚ ਇਕੱਲਾ। ਅੱਛਾ। ਇਕੱਲਾ ਰਹਿ ਗਿਆ, ਮੇਰੇ ਤੋਂ ਵੱਡਾ ਜਿਹੜਾ ਭਰਾ ਸੀ ਉਹ ਵੀ ਬਾਹਰ ਸੀ ਪਹਿਲਾਂ, ਉਹ ਵਾਪਸ ਆ ਗਿਆ ਇੰਡੀਆ, ਅਤੇ ਉਹ ਵੀ ਨਸ਼ੇ ਪੱਤੇ ਕਰਨ ਲੱਗ ਗਿਆ ਸੀ। ਉਹ ਪੁੱਠੇ ਰਹੋ, ਉਹਦਾ 1 ਰੁਪਏ ਦਾ ਮੈਨੂੰ ਆਸਰਾ ਨਹੀਂ ਸੀ ਹੈਗਾ, ਮੇਰਾ ਦਿਮਾਗ ਰਹਿਣ ਲੱਗ ਗਿਆ ਜੀ ਖਰਾਬ। ਅਤੇ ਹੁਣ ਕਹਿੰਦੇ ਜੀ ਇੱਕ ਨਸ਼ਾ ਛੱਡਣ ਵਾਸਤੇ ਨਾ ਦੂਜਾ ਲਾਉਣਾ ਪੈਂਦਾ। ਅੱਛਾ। ਸੇਮ ਮੇਰੇ ਨਾਲ ਹੋਇਆ, ਮੈਨੂੰ ਨੀਂਦ ਨਾ ਆਵੇ ਕਰੇ ਜੀ, ਮੈਂ ਦਾਰੂ ਪੀਣੀ ਸ਼ੁਰੂ ਕਰਤੀ ਜੀ। ਦਾਰੂ ਵੀ ਇੰਨੀ ਬੇਹੱਦ ਹੋ ਗਈ ਜੀ, ਚਾਹ ਦੀ ਥਾਂ 'ਤੇ ਮੇਰੀ ਦਾਰੂ ਚੱਲਦੀ ਸੀ। ਅਤੇ ਕਰਦੇ ਕਰਾਉਂਦੇ ਫਿਰ ਮੈਂ ਹੌਲੀ ਹੌਲੀ ਕਰਕੇ ਸਟ੍ਰੈੱਸ, ਦਿਮਾਗ 'ਤੇ ਇੰਨਾ ਬੋਝ, ਮੰਮੀ ਬਾਰੇ ਸੋਚ ਸੋਚ ਕੇ, ਡੈਡੀ ਬਾਰੇ ਸੋਚ ਸੋਚ ਕੇ ਇੰਨਾ ਕੁ ਮੈਂ ਰਾਤਾਂ ਨੂੰ ਬੈਠੇ ਬੈਠੇ ਰੋਂਦੇ ਰਹਿਣਾ ਕਰਨਾ, ਦਿਮਾਗ ਖਰਾਬ ਰਹਿਣਾ ਕਰਨਾ। ਇਕੱਲਮ ਇਕੱਲੇ ਦਾ ਹੀ ਦਿਮਾਗ ਖਰਾਬ ਰਹਿੰਦਾ ਹੀ ਹੈ ਬੰਦੇ ਦਾ, ਐਡਾ ਘਰ ਆ ਫਿਰ ਖਾਣ ਨੂੰ ਵੀ ਆਉਂਦਾ। ਫਿਰ ਹੌਲੀ ਹੌਲੀ ਕਰਕੇ ਇੱਕ ਇੱਕ ਕਰਕੇ ਜ਼ਮਾਨਤ ਕਰਵਾਈ ਸਾਰਿਆਂ ਦੀ, ਅਤੇ ਫਿਰ ਜਾ ਕੇ ਕਿਤੇ ਹੌਲੀ ਹੌਲੀ ਕਰਦਿਆਂ ਨੂੰ ਮਾੜਾ ਜਿਹਾ ਮਾਇੰਡ ਕਿਤੇ ਜਾ ਕੇ ਟਿਕਿਆ। ਅਤੇ ਉਦੋਂ ਬਾਅਦ ਫਿਰ ਆਪਾਂ ਨਸ਼ਾ ਪੱਤਾ ਵੀ ਜਿਹੜਾ ਸੀ ਉਹ ਤਾਂ ਛੱਡ ਚੁੱਕੇ ਸਨ, ਅਤੇ ਦਾਰੂ ਸੀ ਉਹ ਵੀ ਬੰਦ ਕੀਤੀ ਆਪਾਂ। ਨਸ਼ਾ ਕਿਵੇਂ ਛੱਡਿਆ? ਕਿਉਂਕਿ ਤੁਸੀਂ ਕਿਹਾ ਵੀ ਮੈਂ ਇੱਕਦਮ ਪੂਰਾ ਨਸ਼ੇੜੀ ਬਣ ਗਿਆ ਸੀ, ਆਪਾਂ ਸਰਲ ਭਾਸ਼ਾ 'ਚ ਕਹੀਏ, ਹੈ ਨਾ, ਵੀ ਜਿਵੇਂ ਲੋਕ ਕਹਿੰਦੇ ਨੇ ਯਾਰ ਨਸ਼ੇੜੀ, ਹੈ ਨਾ, ਵੀ ਉਵੇਂ ਬਣ ਗਏ ਤੁਸੀਂ ਜੇਲ੍ਹ ਦੇ ਵਿੱਚ ਰਹਿ ਕੇ? ਜਦੋਂ ਬਾਹਰ ਆਏ ਫਿਰ ਕਿਸੇ ਸੈਂਟਰ ਸੁੰਟਰ 'ਚ ਜਾਣਾ ਪਿਆ ਤੁਹਾਨੂੰ ਜਾਂ ਤੁਹਾਨੇ ਆਪਣਾ ਮਨ ਬਣਾਇਆ? ਇਹ ਤਾਂ ਵਿਲ ਪਾਵਰ 'ਤੇ ਡਿਪੈਂਡ ਆ ਜੀ, ਇਹ 'ਚ ਆਪਾਂ ਛੱਡਣਾ ਚਾਹੀਏ ਤਾਂ ਕੁਛ ਵੀ ਨਹੀਂ ਹੈਗਾ ਜੀ, ਜਿਹਨੇ ਛੱਡਣਾ ਹੀ ਨਹੀਂ ਹੈਗਾ ਉਹਨੇ ਇਸ ਚੀਜ਼ ਦੀ ਗੱਲ ਹੀ ਨਹੀਂ ਕਰਨੀ ਹੈਗੀ ਕਿ ਮੈਂ ਛੱਡਣਾ। ਆਪਾਂ ਸੋਚਿਆ ਸੀ ਵੀ ਇਹ ਨਾ ਇੱਕ ਟਾਈਮ ਸੀ, ਲੰਘ ਗਿਆ, ਅਤੇ ਹੁਣ ਜੇ ਆਪਾਂ ਅੱਗੇ ਵੀ ਜੇ ਵੇਲਾ ਨਾ ਸੰਭਾਲਿਆ ਤਾਂ ਫਿਰ ਉਹ ਤਾਂ ਆਪਣੀ ਦੀ ਗਲਤੀ ਹੈ ਨਾ, ਉਹ ਤਾਂ ਫਿਰ ਆਪਣੀ ਗਲਤੀ ਹੀ ਮੰਨ ਕੇ ਚੱਲਾਂਗੇ, ਜੇ ਉੱਜਣਾਂਗੇ ਤਾਂ ਆਪਣੀਆਂ ਗਲਤੀਆਂ ਕਰਕੇ ਉੱਜਣਾਂਗੇ। ਫਿਰ ਆਪਣਾ ਮਾਇੰਡ ਬਣਾਇਆ, ਅਤੇ ਚਲੋ ਤਕਲੀਫ ਤਾਂ ਹੁੰਦੀ ਹੈ ਜੀ, ਮੈਂ ਨਹੀਂ ਕਹਿੰਦਾ ਵੀ ਜੇ ਮੇਰੀ ਵਿਲ ਪਾਵਰ ਹੈ ਤਾਂ ਮੈਨੂੰ ਕੋਈ ਤਕਲੀਫ ਹੀ ਨਹੀਂ ਹੈਗੀ, ਮੈਂ ਉਹ ਸ਼ਕਤੀਮਾਨ ਹਾਂ, ਇੱਦਾਂ ਦੀ ਕੁਛ ਨਹੀਂ ਹੈਗੀ, ਤਕਲੀਫ ਹੁੰਦੀ ਆ। ਅਤੇ ਪਰ ਬੰਦੇ ਨੂੰ ਹੌਸਲਾ ਰੱਖਣਾ ਪੈਂਦਾ ਜੀ, ਇੱਕ ਟਾਈਮ 'ਤੇ ਇਹੋ ਜਿਹਾ ਆਉਂਦਾ ਵੀ ਜਦੋਂ ਬੰਦਾ ਕਹਿੰਦਾ ਨਾ ਵੀ ਹੁਣ ਨਹੀਂ ਕਰਨਾ ਨਹੀਂ ਕਰਨਾ, 2 ਦਿਨ ਲੰਘਣਗੇ, 3 ਦਿਨ ਲੰਘਣਗੇ, 4, 5, 6, 7,
ਹਫ਼ਤੇ ਤੋਂ ਬਾਅਦ ਨਾ ਬੰਦੇ ਨੂੰ ਮੈਂ ਹੁੰਦਾ ਯਾਰ ਚੱਕ ਦੇ ਕੰਮ। ਅੱਛਾ ਉੱਥੋਂ ਵੀ ਮੁੜ ਕੇ ਲਿਆਉਂਦਾ ਆਪਣੇ ਮਨ ਨੂੰ। ਕਿੰਨੀ ਕੁ ਤੋੜ ਕਿੰਨੀ ਕੁ ਲੱਗਦੀ ਸੀਗੀ? ਨਸ਼ਾ ਦੁਖਦੀਆਂ ਨਹੀਂ, ਨੀਂਦ ਨਹੀਂ ਆਉਂਦੀ। ਮਹੀਨਾ ਡੇਢ ਤਾਂ ਮੈਨੂੰ ਪ੍ਰੋਪਰ ਉਦੋਂ ਨੀਂਦ ਹੀ ਨਹੀਂ ਆਈ, ਨੀਂਦ ਦਾ ਤਾਂ ਹੁਣ ਵੀ ਚੱਕਰ ਆ। ਕਦੇ ਹੈ ਨਹੀਂ ਹੋਇਆ ਵੀ ਯਾਰ ਅੱਕ ਕੇ ਕਹਿਤਾ ਯਾਰ ਹੁਣ ਤਾਂ ਛੱਡਿਆ ਨਹੀਂ ਜਾਂਦਾ, ਕਿਸੇ ਦੋਸਤ ਨੂੰ ਫੋਨ ਕਰਤਾ ਵੀ ਯਾਰ ਬਚਾ ਲਓ ਮੈਨੂੰ, ਮੈਂ ਤਾਂ ਬਹੁਤ ਔਖਾ। ਵੈਸੇ ਹਾਂ ਇਦਾਂ ਹੈਗਾ ਯਾਰ ਦੋਸਤਾਂ ਨੇ ਨਾ ਝਿੜਕਿਆ ਬਹੁਤ ਸੀ। ਅੱਛਾ ਠੀਕ ਆ। ਇੱਕ ਮੇਰਾ ਮਿੱਤਰ ਆ US ਆ, ਉਹ ਮੈਂ ਪਹਿਲਾਂ ਵੀ ਦੱਸਿਆ ਕਿ ਉਹਨੇ ਮੇਰੀ ਚੰਡ ਕੱਢ ਮਾਰੀ ਵੀ ਤੂੰ ਐਂ ਕਿਉਂ ਕੀਤਾ। ਮੈਂ ਕਿਹਾ ਵੀ ਹੋ ਗਿਆ, ਮੈਂ ਕੀਤਾ ਨਹੀਂ, ਹੋ ਗਿਆ। ਚਲੋ ਉਸ ਚੀਜ਼ ਤੋਂ ਵੀ ਆਪਣੇ ਆਪ ਨੂੰ ਸੰਭਾਲਿਆ। ਅਤੇ ਜਦੋਂ ਦਾਰੂ ਵਾਲਾ ਸਿਸਟਮ ਹੋ ਗਿਆ ਸੀ, ਮੇਰੇ ਮਿੱਤਰ ਆ BS ਬਿੱਟੂ, ਉਹ ਗਰਮੀਆਂ ਦਾ ਟਾਈਮ ਸੀ, ਮੈਂ ਲੰਮਾ ਪਿਆ ਹਾਂ ਘਰ ਦੇ ਵਿੱਚ, ਰਜਾਈ ਮੇਰੇ ਉੱਤੇ ਸੀ। ਉਹ ਬੰਦੇ ਨੇ ਆਖਿਆ ਵੀ ਜਾਂ ਤਾਂ ਸਾਨੂੰ ਛੱਡ ਦੇ ਅਤੇ ਜਾਂ ਨਸ਼ਾ ਪਤਾ ਛੱਡ ਦੇ। ਮੈਂ ਹੁਣ ਬੰਦੇ ਨੇ ਇੰਨੇ ਮੇਰੇ ਪਿੱਛੇ ਇੰਨੀ ਕੁਰਬਾਨੀ ਕੀਤੀ, ਇੰਨੀ ਘਾਲਣਾ ਘਾਲੀਏ, ਜੇ ਹੁਣ ਮੈਂ ਨਾ ਮੰਨੀ ਆਈ ਤਾਂ ਫਿਰ ਕਦੋਂ ਮੰਨਾਂਗਾ। ਫਿਰ ਉੱਥੋਂ ਵੀ ਮਨ ਬੱਜ ਗਿਆ ਜੀ। ਅੱਛਾ ਉੱਥੋਂ ਮਨ ਬਣਾ ਲਿਆ ਵੀ ਨਸ਼ਾ ਛੱਡ ਦਿਓ ਯਾਰ, ਯਾਰ ਮਿੱਤਰ ਨਹੀਂ ਛੱਡਿਆ, ਕਿਉਂਕਿ ਨਸ਼ੇ ਨਾਲੋਂ ਜ਼ਿਆਦਾ ਸਰੂਰ ਤਾਂ ਆਪਾਂ ਨੂੰ ਯਾਰੀ ਦੋਸਤੀ ਦਾ ਹੀ ਜਾਣਾ, ਕਿਉਂਕਿ ਭਾਈ ਭੈਣ ਹੁੰਦੇ ਨੇ ਹਨਾ, ਪਰਿਵਾਰ ਤੋਂ ਵੱਧ ਕੇ ਤਾਂ ਆਪਣਾ ਸਾਰਾ ਇਹਨਾਂ ਦੇ। ਮੇਰਾ ਤਾਂ ਪਰਿਵਾਰ ਤੋਂ ਵੱਧ ਕੇ ਆ ਜੀ ਉਹ ਮੇਰੇ ਵਾਸਤੇ, ਮੇਰੇ ਯਾਰ ਬੇਲੀ ਨਾ ਮੇਰੇ ਪਰਿਵਾਰ, ਪਰ ਮੇਰਾ ਪਰਿਵਾਰ ਆ ਉਹ। ਠੀਕ ਹੈ, ਉਹਨਾਂ ਨੂੰ ਮੈਂ ਛੱਡ ਸਕਦਾ। ਕਿੰਨਾ ਕੁ ਭਰੋਸਾ ਕਰਦੇ ਹੋ ਯਾਰਾਂ ਦੋਸਤਾਂ 'ਤੇ ਤੁਸੀਂ ਹੁਣ? ਅੱਖਾਂ ਤੋਂ ਬੰਦ ਕਰਕੇ ਜੇ ਕੋਈ ਤੁਹਾਨੂੰ ਕੁਛ ਕਹੇ ਤਾਂ ਮਤਲਬ ਕੀ ਲੈ ਕੇ ਹਾਜ਼ਰ ਹੋ ਜਾਓਗੇ ਉਹਦੇ ਵਾਸਤੇ? ਮੈਂ ਨਾ ਹੀ ਮਰ ਵੀ ਸਕਦਾ ਉਹਨਾਂ ਲਈ, ਇੰਨਾ ਪਿਆਰ ਕਰਦੇ ਹੋ ਆਪਣੇ ਦੋਸਤਾਂ ਨੂੰ। ਅਤੇ ਆਪਣੇ ਕੀ ਕਹਿੰਦੇ ਨੇ ਉਸ ਤੋਂ ਬਾਅਦ ਜਿਵੇਂ ਹੁਣ ਤੁਸੀਂ ਦੱਸਿਆ ਹੈ ਨਾ ਤੁਹਾਡੀ ਸਾਰੀ ਇਹ ਕਹਾਣੀ ਉਹ ਹੋ ਗਈ ਹੈ ਨਾ, ਉਸ ਤੋਂ ਇਲਾਵਾ ਤੁਹਾਨੂੰ ਕੋਈ ਹੋਰ ਸ਼ੌਂਕ ਹੈ? ਲਿਖਣ ਗਾਉਣ ਦਾ ਜੀ। ਅੱਛਾ, ਕਦੇ ਟਰਾਈ ਕੀਤਾ ਵੀ ਹਾਂ ਵੀ ਭਾਈ ਮੈਂ ਲਿਖਾਂ ਗਾਵਾਂ? ਹਾਂਜੀ ਹਾਂਜੀ। ਲਿਖਿਆ ਹੋਇਆ ਕੁਛ? ਹਾਂਜੀ, ਇੱਕ ਜਿੰਨੇ ਮੇਰੇ ਨਾਲ ਰਹਿੰਦੇ ਸਾਰੇ ਹੀ ਧਨਾੜ, ਚੰਗੇ ਸਾਰਿਆਂ ਦੇ ਕੋਲ ਘਰ ਬਾਰ ਨੇ, ਅੱਜ ਦੀ ਘੜੀ ਤਾਂ ਹਲੇ ਚੱਲਦੀ ਗਰੀਬੀ ਦੇਖੀ ਕਰਨੀ ਤਰੱਕੀ ਤੇਰੇ ਯਾਰ ਨੇ, ਉਹ ਬੰਦਾ ਨਹੀਂ ਉਹ ਬੰਦਿਆਂ ਦੀ ਗਿਣਤੀ 'ਚ ਆਉਂਦਾ ਜਿਹੜੇ ਔਖੇ ਵੇਲੇ ਮੰਨ ਲੈਂਦੇ ਹਾਰ ਨੇ, ਨੀ ਮੈਂ ਉਹ ਕੁਝ ਕੀਤਾ ਬਲੀਏ ਜੋ ਕਿਸੇ ਹੋਰ ਕਰਿਆ ਨਹੀਂ, ਛੱਡੀ ਰੱਬ ਨੇ ਕਸਰ ਕੋਈ ਨਾ ਨੀ ਤਾਂ ਵੀ ਟਿੰਮੀ ਹਰਿਆ ਨਹੀਂ, ਤਾਂ ਵੀ ਨਹੀਂ ਹੋਈ ਆਪਣੀ ਔਕਾਤ ਭੁੱਲਣੀ, ਤਾਂ ਵੀ ਨਹੀਂ ਹੋਈ ਆਪਣੀ ਔਕਾਤ ਭੁੱਲਣੀ, ਚਾਹੇ ਗੱਡੇ ਦੀ ਥਾਂ ਲੈ ਲਈ ਹੋਊ ਕਾਰ ਨੇ, ਅੱਜ ਦੀ ਘੜੀ ਤਾਂ ਹਲੇ ਚੱਲਦੀ ਗਰੀਬੀ ਵੇਖੀ ਕਰਨੀ ਤਰੱਕੀ ਤੇਰੇ ਯਾਰ ਨੇ, ਉਹ ਬੰਦਾ ਨਹੀਂ ਉਹ ਬੰਦਿਆਂ ਦੀ ਗਿਣਤੀ 'ਚ ਆਉਂਦਾ ਜਿਹੜੇ ਔਖੇ ਵੇਲੇ ਮੰਨ ਲੈਂਦੇ ਹਾਰ ਨੇ। ਇਹ ਤੁਹਾਡਾ ਆਪ ਦਾ ਲਿਖਿਆ ਹੋਇਆ? ਕਦੇ ਫਿਰ ਟਰਾਈ ਕੀਤਾ ਵੀ ਮੈਂ, ਤੁਸੀਂ ਆਪ ਰਿਕਾਰਡ ਕਰਾਉਣਾ ਜਾਂ ਕਿਸੇ ਸਿੰਗਰ? ਕਰਾਉਣਾ ਜੀ, ਕਰਾਉਣਾ, ਰਿਕਾਰਡ ਤਾਂ ਕਰਾਉਣਾ ਪਰ ਅਜੇ ਜੇਬ ਅਲਾਓ ਨਹੀਂ ਕਰਦੀ। ਆਵਾਜ਼ ਤੁਹਾਡੀ ਬਹੁਤ ਵਧੀਆ ਵੈਸੇ। ਮੈਂ ਨਾ ਜੀ, ਮੈਂ ਤੁਹਾਨੂੰ ਦੱਸਿਆ ਨਾ 30-35 ਡੰਗਰ ਸਨ, ਅਤੇ ਮੇਰੇ ਹੱਥ ਦੇ ਵਿੱਚ ਕਿਤਾਬ ਹੁੰਦੀ ਸੀ ਅਤੇ ਜਾਂ ਹੁੰਦੀ ਸੀ ਹੀਰ, ਅਤੇ ਉੱਚੀ ਉੱਚੀ ਮੈਂ ਗਲਾ ਪਾੜਦੀ ਰਹਿੰਦਾ ਹੁੰਦਾ। ਅੱਛਾ, ਅਤੇ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ, ਆਫ ਕੈਮਰਾ ਵੀ ਮੈਂ ਦੱਸਿਆ ਮੈਂ ਕੀੜਾ ਹੈਗਾ ਇਹ, ਅਤੇ ਮੈਂ ਕਾਲਜ ਟਾਈਮ ਵੀ ਤੁਹਾਨੂੰ ਦੱਸਿਆ ਵੀ ਟਰਾਈ ਕੀਤਾ ਸੀ, ਇੱਕ ਦੋ ਵਾਰ ਆਡੀਸ਼ਨ ਦਿੱਤੇ ਹਨ, ਨਹੀਂ ਬਣਿਆ ਹੈਗਾ, ਪਰ ਇਹ ਕੀੜਾ ਹੈਗਾ ਵੀ ਇਹ ਕੱਢੇ ਬਿਨਾਂ ਮੈਂ ਰਹਿਣਾ ਨਹੀਂ, ਕੱਢਾਂਗੇ। ਗਾਉਂਦੇ ਤਾਂ ਵਧੀਆ ਤੁਸੀਂ, ਆਵਾਜ਼ ਤਾਂ ਤੁਹਾਡੀ ਬਹੁਤ ਵਧੀਆ। ਅਤੇ ਬਾਈ ਉਸ ਤੋਂ ਬਾਅਦ ਜਦੋਂ ਤੁਸੀਂ ਹੁਣ ਜੇਲ੍ਹ ਤੋਂ ਬਾਹਰ ਆ ਗਏ ਹੈ ਨਾ, ਜੇਲ੍ਹ ਦੇ ਵਿੱਚ ਤੁਹਾਡੀ ਗੈਂਗਸਟਰਾਂ ਨਾਲ ਵੀ ਮੁਲਾਕਾਤ ਹੋਈ ਹੈ ਨਾ, ਤੁਹਾਡੇ ਘਰ ਦੇ ਹਾਲਾਤ ਵੀ ਕੁਝ ਇਹੋ ਜਿਹੇ ਬਣ ਗਏ ਕਿ ਤੁਹਾਨੂੰ ਆਹ ਦਿਨ ਦੇਖਣੇ ਪਏ ਹੈ ਨਾ, ਅਤੇ ਉਸ ਤੋਂ ਬਾਅਦ ਜਿਹੜਾ ਜੇਲ੍ਹ ਦਾ ਜੀਵਨ ਆ ਤੁਸੀਂ ਦੱਸਤਾ ਹੈ ਨਾ ਵੀ ਐਵੇਂ ਕਰਕੇ ਮੈਂ ਨਸ਼ੇ ਕਰਨ ਲੱਗ ਗਿਆ ਸੀ, ਉਸ ਤੋਂ ਇਲਾਵਾ ਕੋਈ ਹੋਰ ਗੱਲਬਾਤ ਜਿਹੜੀ ਤੁਹਾਨੂੰ ਜੇਲ੍ਹ ਦੇ ਵਿੱਚ ਦੀ ਤੁਹਾਨੂੰ ਯਾਦ ਆਉਂਦੀ ਹੋਵੇ, ਕੋਈ ਉੱਥੇ ਤੁਹਾਡਾ ਬਹੁਤ ਵਧੀਆ ਸੱਜਣ ਵੇਲੀ ਬਣ ਗਿਆ ਹੋਵੇ ਜਿਹਦੇ ਨਾਲ ਅੱਜ ਵੀ ਗੱਲਬਾਤ ਹੁੰਦੀ ਹੋਵੇ, ਜਿਹਨੂੰ ਤੁਸੀਂ ਮਿਸ ਕਰਦੇ ਹੋ? ਮੇਰਾ ਮਿੱਤਰ ਆ
ਤਰਨ ਤਰਨ ਸਾਹਿਬ ਤੋਂ ਆ, ਉਹ ਸ਼ਰਾਬ ਦੇ ਪਰਚੇ ਸੀ। ਉਹ ਬੰਦੇ ਨੂੰ ਮੈਂ ਮਤਲਬ ਆਪਣਾ ਢਿੱਡ ਫੋਲਿਆ ਹੋਇਆ ਉਹਦੇ ਨਾਲ, ਅਤੇ ਉਹ ਬੰਦੇ ਨੇ ਮੈਨੂੰ ਬਹੁਤ ਹੌਂਸਲਾ ਦਿੱਤਾ, ਲਾਲਾ ਅੰਮ੍ਰਿਤਸਰ ਤੋਂ। ਅਤੇ ਉਹ ਬੰਦੇ ਨਾਲ ਗੱਲਾਂ ਬਾਤਾਂ ਹੁੰਦੀਆਂ ਅੱਜ ਵੀ, ਬਹੁਤ ਮਤਲਬ ਭਰਾ ਬਣ ਕੇ ਟਿੱਕਰੇ ਜੀ ਉਹ, ਇੱਕੋ ਢਿੱਡ ਤੋਂ ਜੰਮੇ ਤਾਂ ਨਹੀਂ ਹੈਗੇ, ਪਰ ਭਰਾਵਾਂ ਗੱਲਬਾਤ ਹੁੰਦੀ। ਹਾਂਜੀ ਹਾਂਜੀ। ਉਸ ਤੋਂ ਇਲਾਵਾ ਮਤਲਬ ਜੇਲ੍ਹ ਦੇ ਵਿੱਚ ਤੁਸੀਂ ਕੁਛ ਹੋਰ ਮਾੜੀਆਂ ਚੀਜ਼ਾਂ ਤੋਂ ਬਿਨਾਂ ਕੁਛ ਚੰਗੀਆਂ ਚੀਜ਼ਾਂ ਗ੍ਰਹਿਣ ਕੀਤੀਆਂ ਕਿ ਵੀ ਮਾੜੀਆਂ ਹੀ ਮਾੜੇ ਪਾਸੇ ਨੂੰ ਚੱਲਦੇ ਰਹੇ? ਉਹ ਤਾਂ ਬੰਦੇ 'ਤੇ ਡਿਪੈਂਡ ਆ ਜੀ, ਮੈਂ ਤਾਂ ਫਰਕ ਦੇਖਿਆ ਬੰਦਿਆਂ ਦੇ ਵਿੱਚ। ਲੋਕ ਨਾ ਪੁਲਿਸ ਨੂੰ ਮਾੜਾ ਕਹੀ ਆਉਂਦੇ ਆ, ਬੰਦਾ ਕਦੇ ਵੀ ਆਪਣੀ ਪੀੜੀ ਥੱਲੇ ਸੋਟਾ ਨਹੀਂ ਮਾਰਦਾ। ਹੁਣ ਉੱਥੇ ਮੈਂ ਤੁਹਾਨੂੰ ਦੱਸਦਾ, ਬਠਿੰਡੇ ਜੇਲ੍ਹ ਦੀ ਗੱਲ ਦੱਸਦਾ, ਚਲੋ ਪੜ੍ਹਨ ਦਾ ਸ਼ੌਂਕ ਹੈ ਸੀ, ਉੱਥੇ ਵੀ ਕਿਤਾਬਾਂ ਪੜ੍ਹਨ ਲੱਗ ਪਏ, ਨਸ਼ਾ ਪੱਤਾ ਵੀ ਕਰਦੇ ਹਾਂ, ਫਿਰ ਕਿਤਾਬ ਜੀ ਫੜ ਕੇ ਟੇਰ ਫਸਾ ਕੇ ਲੱਗੇ ਰਹਿਣਾ ਕਰਨਾ, ਗੁਰੂ ਘਰ ਜਾਣ ਲੱਗ ਪਿਆ, ਵਾਲ ਕਾਫੀ ਵੱਡੇ ਵੱਡੇ ਰੱਖ ਲਏ। ਫਿਰ ਇੱਕ ਟਾਈਮ ਆ ਗਿਆ ਵੀ ਮਨ ਜਿਹਾ ਡੋਲ ਗਿਆ ਵੀ ਯਾਰ ਬਣਦਾ ਹੀ ਨਹੀਂ ਪਿਆ, ਮੈਂ ਤਾਂ ਇੰਨਾ ਪਾਠ ਵੀ ਕਰਦਾ। ਫਿਰ ਉਹੀ ਕੁਛ, ਮੈਂ ਫਿਰ ਨਸ਼ੇ 'ਤੇ ਲੱਗ ਗਿਆ। ਉਹ ਮਤਲਬ ਨਾ ਸਟੈਪ ਇੱਕ ਦੁੱਖ ਦਾ ਇੱਕ ਸੁੱਖ ਦਾ, ਦੁੱਖ ਦਾ ਸੁੱਖ ਦਾ ਜਿਵੇਂ ਜ਼ਿੰਦਗੀ 'ਚ ਆਉਂਦਾ ਉਵੇਂ ਮੇਰੇ ਨਾਲ ਹੋ ਰਿਹਾ ਸੀ ਵੀ ਯਾਰ ਫਿਰ ਦੁਬਾਰਾ ਯਕੀਨ ਜਿਹਾ ਬਣ ਜਾਂਦਾ ਸੀ, ਟੁੱਟ ਜਾਂਦਾ ਸੀ, ਬਣ ਜਾਂਦਾ ਸੀ, ਟੁੱਟ ਜਾਂਦਾ ਸੀ, ਬਾਅਦ 'ਚ ਤਾਂ ਫਿਰ ਇਹੋ ਜਿਹਾ ਪੱਕਾ ਬਣਿਆ ਨਾ ਜੀ, ਰੱਬ ਤੋਂ ਬਿਨਾਂ ਕੋਈ ਮੇਰੀ ਜ਼ਿੰਦਗੀ ਦੀ ਦਿਨ ਦੀ ਸ਼ੁਰੂਆਤ ਨਹੀਂ ਹੁੰਦੀ। ਅਤੇ ਬੜਾ ਕੁਛ ਸਿੱਖਣ ਨੂੰ ਮਿਲਦਾ, ਇਹੋ ਜਿਹੇ ਬੰਦੇ ਵੀ ਮੈਂ ਵੇਖੇ ਆ ਜਿਹੜੇ ਬਿਨਾਂ ਗੱਲੋਂ ਵਰਦੀ ਦੀ ਧੌਂਸ ਝਾੜਦੇ ਆ, ਅਤੇ ਇਹੋ ਜਿਹੇ ਵੀ ਪੁਲਿਸ ਵਾਲੇ ਵੇਖੇ ਆ ਜਿਹੜਿਆਂ ਨੂੰ ਕਹਿ ਦਈਏ ਨਾ ਜੀ ਮੈਂ ਕਿਤਾਬ ਪੜ੍ਹਨੀ ਆ ਤਾਂ ਉਹ ਪ੍ਰੋਵਾਈਡ ਕਰਾ ਕੇ ਦਿੰਦੇ ਆ, ਭਾਵੇਂ ਪੱਲਿਓਂ ਲਿਆ ਕੇ ਦੇਣੀ ਪਵੇ। ਅਤੇ ਜਦੋਂ ਮੈਨੂੰ ਇੱਥੋਂ ਬਰਨਾਲੇ ਜੇਲ੍ਹ ਸ਼ਿਫਟ ਕੀਤਾ, ਮੈਂ ਪੁਲਿਸ ਵਾਲਿਆਂ ਨੂੰ ਹਮੇਸ਼ਾ ਪੈਸੇ ਲੈਂਦੇ ਵੇਖਿਆ, ਅਤੇ ਜਿਹੜੇ ਪੁਲਿਸ ਵਾਲੇ ਮੈਨੂੰ ਛੱਡਣ ਗਏ ਹਨ ਉਹਨਾਂ ਨੇ ਮੈਨੂੰ ਪੈਸੇ ਦੇ ਕੇ ਅੰਦਰ ਤੋੜਿਆ। ਅੱਛਾ ਵੀ ਆ ਲੈ ਤੂੰ ਆਪਣਾ ਕਾਰਡ ਬਣਵਾ ਲਈ, ਕੁਛ ਖਾ ਪੀ ਲੈ। ਠੀਕ ਹੈ, ਵੀ ਮਤਲਬ ਵਰਦੀ ਦੇ ਪਿੱਛੇ ਤੁਸੀਂ ਇੱਕ ਇਨਸਾਨ ਜਿਹੜਾ ਹੈ ਨਾ ਵੀ ਮਤਲਬ, ਕਿਉਂਕਿ ਵਰਦੀ ਤੋਂ ਤਾਂ ਹਰੇਕ ਕਿਸੇ ਨੂੰ ਡਰ ਲੱਗਦਾ ਹੈ ਨਾ, ਪਰ ਉਹਦੇ ਪਿੱਛੇ ਇਨਸਾਨ ਹੈ ਜਿਹੜੀ ਉਹਦੀ ਇਨਸਾਨੀਅਤ ਸਾਹਮਣੇ ਆ ਗਈ। ਉਹ ਜਦੋਂ ਮੈਂ ਵਾਪਸ ਆ ਗਿਆ, ਚਲੋ ਉਹਨਾਂ ਨੂੰ ਤਾਂ ਮੇਰੇ ਵਰਗੇ ਤਾਂ ਜਾਂ ਹੋਰ ਘਟੀਆ ਲਾ ਲਓ ਚੰਗੇ ਲਾ ਲਓ ਸਾਰੇ ਦਿਨਾਂ ਦੇ ਬੰਦੇ ਮਿਲਦੇ ਆ, ਪਰ ਮੈਨੂੰ ਉਸ ਇਨਸਾਨ ਦਾ ਚਿਹਰਾ ਉਦਣ ਵੀ ਯਾਦ ਸੀ ਅੱਜ ਵੀ ਯਾਦ ਆ। ਉਹ ਆਪਣੇ ਪਿੰਡ ਨਾ ਅਸਲਾ ਜਦੋਂ ਜ਼ਬਤ ਕਰਦੇ ਪਏ ਸਨ ਵੋਟਾਂ ਕਰਕੇ, ਮੈਂ ਉਹਨਾਂ ਨੂੰ ਦੇਖ ਲਿਆ, ਪਰ ਮੈਨੂੰ ਅਜੇ ਦਿਲ ਦਿਮਾਗ ਦੇ ਵਿੱਚ ਨਾ ਆਇਆ ਸੀ ਵੀ ਸ਼ਾਇਦ ਉਹੀ ਨੇ, ਬੁਲਾਵਾਂ ਕਿ ਨਾ ਬੁਲਾਵਾਂ। ਮੈਂ ਕਿਹਾ ਅੰਕਲ ਜੀ ਸਤਿ ਸ਼੍ਰੀ ਅਕਾਲ, ਰਣਜੀਤ ਸਿੰਘ ਜੀ? ਕਹਿੰਦੇ ਹਾਂਜੀ। ਮੈਂ ਕਿਹਾ ਪਛਾਣਿਆ? ਕਹਿੰਦਾ ਨਹੀਂ। ਮੈਂ ਕਿਹਾ ਉਹੀ ਹਾਂ। ਆ ਗਿਆ ਤੂੰ? ਮੈਂ ਕਿਹਾ ਹਾਂਜੀ। ਮੈਂ ਹੁਣ ਤੁਸੀਂ ਮੇਰੇ ਲਾਇਕ ਸਵਾ ਦੱਸੋ। ਕਹਿੰਦੇ ਰੋਟੀ ਖਾਣੀ? ਮੈਂ ਚੱਲੋ ਆਓ ਖੇ ਚੱਲੀਏ। ਅਤੇ ਇੰਨਾ ਕੁ ਸਕੂਨ ਮਿਲਿਆ ਉਹਨਾਂ ਦੇ ਨਾਲ ਮਿਲ ਕੇ, ਨਹੀਂ ਤਾਂ ਪੁਲਿਸ ਵਾਲੇ ਨੂੰ ਵੇਖ ਕੇ ਅਗਲਾ ਕਹਿੰਦਾ ਯਾਰ ਖੁਰੇ ਕੀ ਬੋਲਦੇ ਨਾ, ਕਿਉਂਕਿ ਗਾਲ ਇਹਨਾਂ ਦੇ ਮੂੰਹ 'ਤੇ ਸਿੱਧੀ ਚੜੀ ਹੁੰਦੀ ਆ ਅਤੇ ਡਰ ਲੱਗਦਾ ਬੰਦਿਆਂ ਨੂੰ, ਪਰ ਨਹੀਂ ਵਧੀਆ ਬੰਦੇ ਵੀ ਹੈਗੇ ਆ, ਕਿਉਂਕਿ ਉਹ ਵੀ ਪਰਿਵਾਰ ਦੇ ਵਿੱਚ ਰਹਿੰਦੇ ਨੇ, ਉਹ ਵੀ ਆਪਣੇ ਵਰਗੇ ਨੇ, ਚਲੋ ਕਿਤੇ ਨਾ ਕਿਤੇ ਉਹਨਾਂ ਦੇ ਫਰਜ਼ ਹੁੰਦੇ ਨੇ ਜਿੱਥੇ ਉਹਨਾਂ ਨੂੰ ਸਖਤ ਹੋਣਾ ਪੈਂਦਾ, ਕਿਉਂਕਿ ਆਪਣੇ ਪਰਿਵਾਰ ਤੋਂ ਨਜਾਇਜ਼ ਤੰਗ ਕਰਦੀ ਹੈ ਨਾ, ਉਹਨਾਂ ਦਾ ਵੀ ਕੋਈ ਕਸੂਰ ਨਹੀਂ, ਜਨਤਾ ਵੀ ਨਜਾਇਜ਼ ਤੰਗ ਕਰਦੀ ਹੈ ਕਿਤੇ, ਉਹਨਾਂ ਦਾ ਵੀ ਇਹ ਬਿਹੇਵੀਅਰ ਨਾ ਮੇਰੇ ਤੇਰੇ ਵਰਗਿਆਂ ਲੋਕਾਂ ਕਰਕੇ ਹੀ ਇਹ ਹੋਇਆ ਹੁੰਦਾ, ਅਦਰਵਾਈਜ਼ ਉਹ ਇੰਨਾ ਮਾੜਾ ਤਾਂ ਕੋਈ ਵੀ ਨਹੀਂ ਹੁੰਦਾ ਜੀ। ਕਿਹੜੀਆਂ ਕਿਹੜੀਆਂ ਕਿਤਾਬਾਂ ਪੜ੍ਹੀਆਂ ਫਿਰ ਤੁਸੀਂ ਜੇਲ੍ਹ 'ਚ ਰਹਿ ਕੇ? ਮੈਂ ਅੰਦਰ ਸਿੱਖ ਹਿਸਟਰੀ ਪੜ੍ਹੀ ਜੀ, ਅਤੇ ਓਸ਼ੋ, ਸ਼ੁਰੂ ਸ਼ੁਰੂ ਤੋਂ ਸਮਝਣਾ ਬਹੁਤ ਔਖਾ ਜੀ ਓਸ਼ੋ ਨੂੰ, ਮਤਲਬ ਐਂ ਨਾ ਜੀ ਦਿਮਾਗ ਜਿਹਾ ਉਲਝੇਗਾ ਕੀ ਪੰਗਾ ਲੈ ਲਿਆ। ਦੀਵਾਨ ਸਿੰਘ ਕਾਲੇ ਪਾਣੀ ਦੀ ਪੜ੍ਹੀ, ਅਤੇ ਰੱਬ ਦਾ ਭਾਲਾ ਕਰੇ ਚਾਰਲੀ ਚੈਪਲਿਨ ਪੜ੍ਹਿਆ। ਚਾਰਲੀ ਚੈਪਲਿਨ ਨੂੰ ਪੜ੍ਹ ਕੇ ਨਾ ਇੰਨਾ ਕੁ ਹੌਂਸਲਾ ਮਿਲਿਆ ਵੀ ਉਹ ਉਸ ਬੰਦੇ ਨੂੰ ਨਾ ਟੀ ਵੀ 'ਤੇ ਹਮੇਸ਼ਾ ਹੱਸਦੇ ਵੇਖਿਆ, ਅਤੇ ਰੀਅਲ ਲਾਈਫ ਦੇ ਵਿੱਚ ਉਹ ਬੰਦਾ ਇੰਨਾ ਸੈਡ ਸੀ। ਅੱਛਾ ਹਾਂਜੀ, ਅਤੇ ਵਧੀਆ ਮੋਟੀਵੇਸ਼ਨ ਮਿਲਦਾ ਇਹਨਾਂ ਚੀਜ਼ਾਂ ਤੋਂ। ਕੀ ਸਿੱਖ ਲਈ ਫਿਰ ਉਹਨਾਂ ਅਲੱਗ ਅਲੱਗ ਤੁਸੀਂ ਕਰੈਕਟਰ ਪੜ੍ਹੇ ਉੱਥੇ ਹੈ ਨਾ, ਉਹਨਾਂ ਤੋਂ ਕੀ ਤੁਹਾਨੂੰ ਸਿੱਖਣ ਨੂੰ ਮਿਲਿਆ?
ਦੇਖੋ ਜੀ, ਹਰੇਕ ਬੰਦਾ ਆਪਣੀ ਲਾਈਫ 'ਚ ਪਰਫੈਕਟ ਕੋਈ ਵੀ ਨਹੀਂ ਹੈਗਾ, ਪਰ ਜਿੱਥੋਂ ਕੁ ਤੱਕ ਕਿਸੇ ਨੂੰ ਪੜ੍ਹਿਆ, ਜਿਹੜੀਆਂ ਕਿਤਾਬਾਂ ਦੇ ਵਿੱਚੋਂ ਜੋ ਕੁਛ ਆਪਾਂ ਸਿੱਖਦੇ ਹਾਂ ਜਾਂ ਸੁਣਦੇ ਹਾਂ, ਕਿਸੇ ਹੱਦ ਤੱਕ ਜੀਵਨ ਦੇ ਵਿੱਚ ਆਪਣਾ ਢਾਲਿਆ ਉਸਨੂੰ। ਇੱਕ ਤਾਂ ਸਬਰ, ਇੱਕ ਸਮੇਂ ਤੋਂ ਪਹਿਲਾਂ ਕੁਛ ਨਹੀਂ ਮਿਲਣਾ, ਜੋ ਮਰਜ਼ੀ ਕਰੀ ਚੱਲੋ ਜੀ, ਬਥੇਰੇ ਪੁੱਠੇ ਸਿੱਧੇ ਛਾਲਾ ਮਾਰ ਕੇ ਵੇਖਿਓ ਨੇ, ਕੁਛ ਨਹੀਂ ਮਿਲਦਾ ਜੀ। ਅਤੇ ਦੂਜੀ ਗੱਲ ਇਹ ਆ, ਕਈ ਵਾਰ ਕਹਿੰਦੇ ਵੀ, ਮੈਂ ਖੁਦ ਪਹਿਲਾਂ ਕਹਿੰਦਾ ਹੁੰਦਾ, ਯਾਰ ਮੈਂ ਇੰਨਾ ਕੀਤਾ, ਮੈਂ ਇੰਨੀ ਮਿਹਨਤ ਕੀਤੀ ਹੈ, ਵੀ ਮੇਰਾ ਕਿਉਂ ਨਹੀਂ ਬਣਿਆ ਕੁਛ। ਕਹਿੰਦੇ ਵੀ ਕਈ ਵਾਰ ਇੱਦਾਂ ਹੁੰਦਾ ਸਿਸਟਮ ਬੰਦੇ ਦਾ, ਭਾਵੇਂ ਜਿੰਨੀ ਮਰਜ਼ੀ ਬੰਦਾ ਮਿਹਨਤ ਕਰੇ, ਨਾ ਹੀ ਸਕਸੈਸ ਫਿਰ ਵੀ ਕਈ ਵਾਰ ਨਹੀਂ ਮਿਲਦੀ ਉਸ ਬੰਦੇ ਨੂੰ। ਕੋਈ ਚੱਲ ਨਹੀਂ, ਚੱਕਰ ਨਹੀਂ, ਪਰ ਅਜੇ ਵੀ ਡਟੇ ਹੋਏ ਹਾਂ, ਮਿਹਨਤ ਅਜੇ ਵੀ ਜਾਰੀ ਹੈ, ਡੋਰਾਂ ਉਹਦੇ ਰੱਬ 'ਤੇ ਆ ਬਸ। ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਤੁਸੀਂ, ਕਿਉਂਕਿ ਹੁਣ ਟਾਈਮ ਵੀ ਬਹੁਤ ਹੋ ਗਿਆ, ਸਮਾਂ ਇਜਾਜ਼ਤ ਵੀ ਨਹੀਂ ਦਿੰਦਾ, ਅਤੇ ਕੀ ਤੁਸੀਂ ਦੇਣਾ ਚਾਹੋਗੇ, ਸੰਦੇਸ਼ ਕੀ ਦੇਣਾ ਚਾਹੋਗੇ? ਸੰਦੇਸ਼ ਇਹੀ ਹੈ ਜੀ, ਸਭ ਤੋਂ ਮਾੜੀ ਚੀਜ਼ ਆ ਜ਼ਿੰਦਗੀ ਦੇ ਵਿੱਚ ਨਸ਼ਾ। ਸਭ ਕੁਛ ਵਾਪਸ ਆ ਜਾਏਗਾ, ਜਿਹੜਾ ਤੁਹਾਡਾ ਸਰੀਰ ਆ ਨਾ, ਇਹ ਕਦੇ ਵਾਪਸ ਨਹੀਂ ਮਿਲਣਾ ਤੁਹਾਨੂੰ। ਪੈਸਾ ਗਿਆ, ਉਹ ਵੀ ਆ ਜਾਏਗਾ, ਠੀਕ ਆ, ਸਮਾਂ ਵਾਪਸ ਨਹੀਂ ਆਉਣਾ, ਸਰੀਰ ਵਾਪਸ ਨਹੀਂ ਆਉਣਾ। ਇਹ ਦੋ ਚੀਜ਼ਾਂ ਆਪਣੇ ਮਨ ਦੇ ਵਿੱਚ ਬਿਠਾ ਕੇ ਰੱਖ ਲਓ, ਵੀ ਇਹ ਤੁਹਾਡੇ ਕੋਲੋਂ ਜੇ ਇੱਕ ਵਾਰ ਖੁੱਸ ਗਈਆਂ, ਤੁਹਾਨੂੰ ਵਾਪਸ ਨਹੀਂ ਮਿਲਣੀਆਂ। ਅੱਜ ਵੀ ਭਾਵੇਂ ਮੈਂ ਨਸ਼ੇ ਛੱਡੇ ਆ, ਮੈਨੂੰ ਪ੍ਰੋਬਲਮ ਸਰੀਰ ਨੂੰ ਕਈ ਆਉਂਦੀਆਂ ਪਈਆਂ, ਠੀਕ ਆ। ਅਤੇ ਬਸ ਇਹੀ ਆ, ਜੇ ਮੈਂ ਛੱਡ ਸਕਦਾ ਨਾ, ਜੇ ਮੇਰਾ ਭਰਾ ਕੋਈ ਗ੍ਰਸਤ ਹੈ ਇਹਨਾਂ ਚੀਜ਼ਾਂ ਦੇ ਵਿੱਚ, ਤਾਂ ਕੋਸ਼ਿਸ਼ ਕਰੋ, ਕੋਸ਼ਿਸ਼ ਕਰਨ ਵਾਲੀ ਕਦੇ ਹਾਰ ਨਹੀਂ ਹੋ ਸਕਦੀ। ਅੱਛਾ ਵੀਰੇ, ਤੁਸੀਂ ਜੇਲ੍ਹ 'ਚ ਰਹੇ ਹੈ ਨਾ, ਜਿਵੇਂ ਅੱਜ ਕੱਲ੍ਹ ਫਿਲਮਾਂ ਬਣ ਰਹੀਆਂ ਨੇ, ਹੈ ਨਾ, ਕਈ ਜੇਲ੍ਹਾਂ ਦੇ ਉੱਤੇ ਫਿਲਮਾਂ ਆਈਆਂ ਨੇ, ਆਪਾਂ ਬਹੁਤ ਕੁਛ ਦੇਖਿਆ, ਜਿਵੇਂ ਉਹਨਾਂ ਫਿਲਮਾਂ ਦੇ ਵਿੱਚ ਦਿਖਾਇਆ ਜਾਂਦਾ ਵੀ ਅੰਦਰ ਕੈਦੀ ਲੜ ਪੈਂਦੇ ਨੇ, ਜੇਲ੍ਹਾਂ ਦੇ ਅੰਦਰ ਕਤਲ ਹੋ ਜਾਂਦੇ ਨੇ, ਇਹੋ ਜਿਹਾ ਕੋਈ ਸੀਨ ਦੇਖਿਆ ਤੁਸੀਂ ਉੱਥੇ? ਹਾਂਜੀ ਹਾਂ, ਬਥੇਰਾ ਕੁਛ ਹੁੰਦਾ ਜੀ ਜੇਲ੍ਹਾਂ ਦੇ ਵਿੱਚ। ਜੇਲ੍ਹਾਂ ਦੇ ਵਿੱਚ ਇੱਦਾਂ ਸਿਸਟਮ ਆ, ਅੰਦਰ ਕੋਈ ਹਰਾ ਹੋਰ ਹਥਿਆਰ ਤਾਂ ਕੋਈ ਹੈਗੀ ਨਹੀਂ, ਹਥਿਆਰ ਬਣਦੇ ਆ ਅੰਦਰ ਚਮਚਿਆਂ ਦੇ। ਅੱਛਾ, ਹਥਿਆਰ ਬਣਦੇ ਅੰਦਰ, ਜਿਹੜੀਆਂ ਸਲਾਖਾਂ ਹੁੰਦੀਆਂ ਨੇ ਉਹ ਤੋੜ ਕੇ ਰੱਖੀਆਂ ਹੁੰਦੀਆਂ ਨੇ, ਲੁਕੋ ਕੇ ਰੱਖੀਆਂ ਹੁੰਦੀਆਂ ਨੇ। ਉੱਧਰ ਵੀ ਗਰੁੱਪਬਾਜ਼ੀਆਂ ਤਾਂ ਜੇਲ੍ਹਾਂ ਦੇ ਵਿੱਚ ਵੀ ਚੱਲਦੀਆਂ, ਔਰ ਜੇ ਕਿਸੇ ਕੋਲ ਕੋਈ ਹਥਿਆਰ ਨਹੀਂ ਤਾਂ ਪਰਨੇ ਦੇ ਵਿੱਚ ਵੱਟਾ ਲਪੇਟ ਕੇ ਵੀ ਚੱਲ ਜਾਂਦਾ। ਅੱਛਾ ਜੀ, ਸਾਰਾ ਕੁਛ ਚੱਲਦਾ, ਅਤੇ ਕੋਈ ਪਤਾ ਨਹੀਂ ਲੱਗਦਾ ਕਿਹੜੇ ਗਰੁੱਪ ਦਾ ਕਿਹੜਾ ਬੰਦਾ ਕਿਹੜੇ ਟਾਈਮ ਕਿਹਨੂੰ ਆ ਕੇ ਕਿੱਥੇ ਵਾਰ ਕਰ ਜਾਂਦਾ। ਅਤੇ ਬਸ ਇਹੀ ਆ, ਚਮਚੇ ਕਟਰੀ ਚੱਲਦੇ ਆ ਅੰਦਰ, ਚਮਚਿਆਂ ਨੂੰ ਇੰਨਾ ਤਿੱਖਾ ਕੀਤਾ ਹੁੰਦਾ, ਅਤੇ ਉਹ ਮਤਲਬ ਜੇ ਤੁਸੀਂ ਇੱਕ ਵਾਰ ਤੁਹਾਡੇ ਫਿਰ ਗਿਆ, ਮਤਲਬ ਚੱਕ ਨਾਲ ਵੀ ਤਿੱਖਾ ਕੀਤਾ ਹੋਇਆ ਉਹਨਾਂ ਨੂੰ। ਤੁਸੀਂ ਦੇਖਿਆ ਕੋਈ ਇੰਸੀਡੈਂਟ? ਹਾਂਜੀ ਹਾਂ, ਬਥੇਰੇ ਲੜਦੇ ਵੇਖੇ ਉੱਥੇ ਮੈਂ। ਅੱਛਾ ਜੀ, ਤਾਂ ਤੁਸੀਂ ਕੀਮਤੀ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਹ ਸੀ ਬਾਈ ਟਿੰਮੀ ਜੀ, ਜਿਨ੍ਹਾਂ ਦੇ ਆਪਣੀ ਜਿਹੜੀ ਆ ਉਹ ਹੱਡਬੀਤੀ ਆ ਜਿਹੜੀ ਉਹ ਸੁਣਾਈ ਹੈ, ਕਿਵੇਂ ਇਹ ਜੇਲ੍ਹ ਦੇ ਵਿੱਚ ਗਏ, ਕਿਵੇਂ ਇਹਨਾਂ ਦੇ ਉੱਤੇ ਝੂਠੇ ਕੇਸ ਪਏ, ਕਿਵੇਂ ਇਹਨਾਂ ਨੇ ਨਸ਼ਾ ਕਰਨਾ ਸ਼ੁਰੂ ਕੀਤਾ, ਅਤੇ ਕਿਵੇਂ ਇਹਨਾਂ ਨੇ ਆਪਣੀ ਜਿਹੜੀ ਜ਼ਿੰਦਗੀ ਆ ਉਹ ਦੁਬਾਰਾ ਫਿਰ ਸਹੀ ਪਟੜੀ ਦੇ ਉੱਤੇ ਚੜ੍ਹਾ ਕੇ ਉਹਨੂੰ ਬਤੀਤ ਕਰਨਾ ਸ਼ੁਰੂ ਕੀਤਾ। ਅਜਿਹੀਆਂ ਹੋਰ ਸਟੋਰੀਆਂ ਲੈ ਕੇ ਤੁਹਾਡੇ ਨਾਲ ਮੁੜ ਹਾਜ਼ਰ ਹੋਵਾਂਗੇ, ਉਦੋਂ ਤੱਕ ਦਿਓ ਇਜਾਜ਼ਤ, ਧੰਨਵਾਦ।